ਗੱਲ ਪੰਜਾਬ ਦੀ ਟੀ ਵੀ ਦੇਖ ਰਹੇ ਦੋਸਤਾਂ ਨੂੰ ਪ੍ਰਵੀਨ ਕੋਮਲ ਵੱਲੋਂ ਸਤਿ ਸ਼੍ਰੀ ਅਕਾਲ ਦੋਸਤੋ। ਮੇਰੇ ਨਾਲ ਨੇ ਮੇਰੇ ਸਹਿਯੋਗੀ ਨੀਤਿਕਾ ਜੀ। ਨੀਤਿਕਾ ਜੀ ਤੁਹਾਡਾ ਸਵਾਗਤ ਹੈ। ਅਤੇ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਗੱਲਾਂ ਖਰੀਆਂ ਖੋਟੀਆਂ ਪ੍ਰੋਗਰਾਮ ਦੇ ਵਿੱਚ। ਅਤੇ ਦੋਸਤੋ ਗੱਲਾਂ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਖਰੀਆਂ ਵੀ ਹੁੰਦੀਆਂ ਨੇ ਖੋਟੀਆਂ ਵੀ ਹੁੰਦੀਆਂ ਨੇ। ਤੋ ਕਈ ਦੋਸਤ ਜਦੋਂ ਫੋਨ ਦੇ ਉੱਤੇ ਦੱਸਦੇ ਨੇ ਕਿ ਤੁਸੀਂ ਆਹ ਚੀਜ਼ ਐਂ ਨਹੀਂ ਕੀਤੀ ਆਹ ਨਹੀਂ ਕੀਤੀ, ਕਈ ਕਹਿੰਦੇ ਨੇ ਕਿ ਆਹ ਬਹੁਤ ਵਧੀਆ ਕੀਤਾ, ਸੋ ਮੈਸੇਜ ਤੁਹਾਡੇ ਆਉਂਦੇ ਨੇ। ਅਤੇ ਜਿਹੜੇ ਫੋਨ ਦੀ ਬਜਾਏ ਤੁਹਾਨੂੰ ਇੱਕ ਗੁਜ਼ਾਰਿਸ਼ ਹੈ, ਤੁਸੀਂ ਕਮੈਂਟਸ ਵੀ ਜਰਾ ਕਰਿਆ ਕਰੋ ਜੇ ਕੋਈ ਸਾਡੀ ਗੱਲ ਚੰਗੀ ਲੱਗਦੀ ਹੈ ਤਾਂ ਵੀ, ਅਤੇ ਜੇ ਕੋਈ ਸਾਡੀ ਗੱਲ ਮਾੜੀ ਲੱਗਦੀ ਹੈ ਤਾਂ ਵੀ। ਅਤੇ ਨੀਤਿਕਾ ਜੀ ਅੱਜ ਦਾ ਜਿਹੜਾ ਮੁੱਦਾ ਹੈ ਉਹ ਅਧਿਆਤਮ ਬਾਰੇ, ਧਰਮ ਬਾਰੇ, ਸਾਡੇ ਸਮਾਜ ਬਾਰੇ ਮਿਲਮੀ ਜੁਲਮੀ ਜੀ ਚਰਚਾ ਕਰਾਂਗੇ। ਸਮਾਜ ਦੇ ਵਿੱਚ ਕਈ ਤਰ੍ਹਾਂ ਦੀਆਂ ਵੰਡੀਆਂ ਪੈ ਚੁੱਕੀਆਂ ਨੇ ਧਰਮਾਂ ਦੇ ਨਾਂ ਦੇ ਉੱਤੇ, ਫਿਰਕੇ ਦੇ ਨਾਂ ਦੇ ਉੱਤੇ, ਠੀਕ ਹੈ ਨਾ। ਕਿਸੇ ਨੂੰ ਰੱਬ ਮੰਦਰਾਂ ਵਿੱਚ ਮਿਲਦਾ, ਕਿਸੇ ਨੂੰ ਗੁਰਦੁਆਰੇ ਦੇ ਵਿੱਚ ਮਿਲਦਾ, ਕਿਸੇ ਨੂੰ ਮਸਜਿਦ ਦੇ ਵਿੱਚ ਮਿਲਦਾ, ਕਿਸੇ ਨੂੰ ਚਰਚ ਦੇ ਵਿੱਚ ਮਿਲਦਾ, ਕਿਸੇ ਨੂੰ ਰੱਬ ਕਿਤਾਬਾਂ ਦੇ ਵਿੱਚ ਮਿਲਦਾ, ਅਤੇ ਕਿਸੇ ਨੂੰ ਰਵਾਬਾਂ ਦੇ ਵਿੱਚ ਮਿਲਦਾ। ਇਹ ਆਪਣੇ ਆਪਣੇ ਮਨ ਦੀਆਂ ਅਵਸਥਾਵਾਂ ਬਣੇ, ਆਪਣੀ ਮਰਜ਼ੀ ਹੈ, ਕੋਈ ਜਿੱਥੇ ਮਰਜ਼ੀ ਜਾ ਸਕਦਾ। ਪਰ ਜਦੋਂ ਅਸੀਂ ਇੱਕ ਦੂਜੇ ਨੂੰ ਨੀਵਾਂ ਦਿਖਾਉਂਦੇ ਉਸੇ ਰੱਬ ਦੇ ਨਾਂ ਦੇ ਉੱਤੇ, ਜਿਹੜਾ ਰੱਬ ਇੱਕੋ ਹੀ ਹੈ, ਹਰੇਕ ਧਰਮ ਦੇ ਵਿੱਚ ਲਿਖਿਆ ਕਿ ਰੱਬ ਇੱਕ ਹੈ, ਇੱਕੋ ਰੱਬ ਨੂੰ ਪਾਉਣਾ, ਇੱਕੋ ਰੱਬ ਪਰਮਾਤਮਾ ਇੱਕੋ ਹੈ, ਇੱਕੋ ਦੀ ਆਪਾਂ ਸ਼ਰਧਾ ਪੂਰਵਕ ਉਹਦੀ ਭਗਤੀ ਕਰਨੀ ਹੈ, ਪੂਜਾ ਕਰਨੀ ਹੈ। ਪਰ ਫਿਰ ਵੀ ਪਤਾ ਨਹੀਂ ਕਿਉਂ ਕਿ ਇਹਨਾਂ ਗੱਲਾਂ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਲੋਕ ਆਪਸ ਦੇ ਵਿੱਚ, ਖਾਸ ਤੌਰ ਦੇ ਉੱਤੇ ਜਦੋਂ ਦਾ ਫੇਸਬੁੱਕ ਅਤੇ ਵਟਸਐਪ ਦਾ ਜ਼ਮਾਨਾ ਚੱਲਿਆ ਸੋਸ਼ਲ ਸਾਈਟਸ ਦਾ, ਉਦੋਂ ਕੁਛ ਜ਼ਿਆਦਾ ਹੀ ਇਸ ਤਰ੍ਹਾਂ ਦੀ ਜਿਹੜੀ ਈਰਖਾ ਦੀ ਭਾਵਨਾ ਹੈਗੀ, ਜੈਲਸ ਦੀ ਭਾਵਨਾ ਹੈਗੀ, ਵੈਰ ਵਿਰੋਧ ਦੀ ਭਾਵਨਾ ਹੈਗੀ, ਕੁਝ ਜ਼ਿਆਦਾ ਵੱਧ ਰਹੀ। ਕੀ ਕਹਿਣਾ ਤੁਹਾਡਾ? ਦੇ ਵੈਰ ਵਿਰੋਧ ਦੀ ਭਾਵਨਾ ਤਾਂ ਸਰ ਵਧਣੀ ਹੋਈ ਹੈ, ਕਿਉਂਕਿ ਪਹਿਲਾਂ ਜ਼ਮਾਨੇ ਦੇ ਵਿੱਚ ਕੀ ਹੁੰਦਾ ਸੀ, ਫੋਨ ਨਹੀਂ ਸੀ ਹੁੰਦੇ, ਠੀਕ ਹੈ, ਸੋਸ਼ਲ, ਅਗਰ ਫੋਨ ਹੁੰਦੇ ਸੀ ਤਾਂ ਸੋਸ਼ਲ ਸਾਈਟਸ ਨਹੀਂ ਸੀ ਹੁੰਦੀਆਂ। ਸੋ ਜਿਵੇਂ ਕਿ ਤੁਸੀਂ ਦੱਸਿਆ ਕਿ ਸੋਸ਼ਲ ਸਾਈਟਸ ਹੋ ਗਈਆਂ ਨੇ, ਤਾਂ ਆਪਾਂ ਫੇਸ ਟੂ ਫੇਸ ਵੀ, ਤੇ ਲੋਕਾਂ ਨਾਲ, ਮਤਲਬ ਜਿੱਥੇ ਮਰਜ਼ੀ ਆਪਾਂ ਬੈਠੇ ਹੋਈਏ, ਜੋ ਚੀਜ਼ ਅੱਜ ਕੱਲ ਦੇ ਲੋਕਾਂ ਨੂੰ ਚੰਗੀ ਨਹੀਂ ਲੱਗਦੀ ਉਹ ਕਟਾਕ ਦੇਣੀ, ਫਟਾਫਟ ਆਨਸਰ ਮਾਰਦੇ ਨੇ ਕਿ ਗਾਲਾਂ ਕੱਢ ਕੇ ਕੁਝ, ਜੇ ਕਿਸੇ ਨੂੰ ਚੰਗੀ ਲੱਗਦੀ ਆ ਤਾਂ ਆਪਣੇ ਚੰਗੇ ਵਿਚਾਰ ਵੀ ਪ੍ਰਗਟ ਕਰਦੇ ਆ। ਭਾਵ ਕਿ ਜ਼ਿਆਦਾਤਰ ਲੋਕਾਂ ਦੇ ਵਿੱਚ ਵੈਰ ਦੀ ਭਾਵਨਾ ਤਾਂ ਵੱਧ ਚੁੱਕੀ ਕਿਉਂਕਿ ਲੋਕ ਜਿਹੜੇ ਨੇ ਉਹਦਾ ਵਿਰੋਧ ਕਰਦੇ ਨੇ। ਪਹਿਲਾਂ ਦੇ ਜ਼ਮਾਨੇ 'ਚ ਕੀ ਹੁੰਦਾ ਸੀ ਕਿ ਸੋਸ਼ਲ ਸਾਈਟਸ ਨਾ ਹੋਣ ਕਰਕੇ ਲੋਕ ਆਪਣੇ ਅੰਦਰ ਹੀ ਅੰਦਰ ਸੋਚਦੇ ਸੀ ਵੀ ਯਾਰ ਇਹ ਗਲਤ ਹੋ ਰਿਹਾ, ਇਹ ਕੀ ਹੋ ਰਿਹਾ, ਕੀ ਨਹੀਂ ਹੋ ਰਿਹਾ, ਤਾਂ ਅੰਦਰ ਹੀ ਅੰਦਰ ਘੁੱਟੇ ਹੁੰਦੇ ਸੀ। ਹੁਣ ਲੋਕਾਂ ਨੂੰ ਇੱਕ, ਮਤਲਬ ਆਪਣਾ ਮੈਸੇਜ ਦੁਨੀਆਂ ਤੱਕ ਪਹੁੰਚਾਉਣ ਵਾਸਤੇ ਇੱਕ ਕੀ ਕਹਿੰਦੇ ਨੇ ਉਹਨੂੰ, ਸਾਧਨ ਮਿਲ ਚੁੱਕਿਆ, ਸਾਧਨ ਸੋਰਸ ਮਿਲ ਚੁੱਕਿਆ। ਬਿਲਕੁਲ ਜੀ ਜੀ, ਸਾਧਨ ਮਿਲ ਚੁੱਕਿਆ। ਸੋ ਸਾਧਨਾ ਦਾ ਦੋਸਤੋ, ਜੇ ਕੋਈ ਸਾਧਨ ਪਰਮਾਤਮਾ ਦੀ ਮਰਜ਼ੀ ਨੂੰ, ਦੇਖੋ ਜਿੰਨੀ ਕਾਇਨਾਤ, ਜਿੰਨੀ ਦੁਨੀਆ ਚੱਲ ਰਹੀ ਹੈ, ਜਿੰਨੇ ਇਲੈਕਟ੍ਰੋਨਿਕ ਜਿਹੜੇ ਇਕੁਪਮੈਂਟਸ ਨੇ, ਜਿਹੜੇ ਕੈਮਰੇ ਜਿਹਦੇ ਅਸੀਂ ਰਾਹੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ, ਇਹ ਵੀ ਪਰਮਾਤਮਾ ਦੀ ਮਰਜ਼ੀ ਦੇ ਨਾਲ ਬਣੇ ਨੇ। ਜਿਵੇਂ ਰੱਬ ਨੇ ਬੰਦੇ ਨੂੰ ਦਿਮਾਗ ਦਿੱਤਾ, ਔਰ ਦਿਮਾਗ ਨੂੰ ਇਸਤੇਮਾਲ ਕਰਨ ਦੀਆਂ ਜਿਹੜੀਆਂ ਤਾਕਤਾਂ ਨੇ, ਜਿਹੜੀਆਂ ਸ਼ਕਤੀਆਂ ਨੇ, ਉਹ ਵੀ ਪਰਮਾਤਮਾ ਵੱਲੋਂ ਆਉਂਦੀਆਂ ਨੇ। ਤੁਰਕੀ ਬਾਣੀ ਜਿਹੜੀ ਹੈ ਉਹ ਬਹੁਤ ਵੱਡੀ ਚੀਜ਼ ਹੈ। ਤੁਰਕੀ ਬਾਣੀ ਹੀ ਜਦੋਂ ਆਉਂਦੀ ਹੈ ਉਦੋਂ ਸਾਡੇ ਦਿਮਾਗ ਦੇ ਰਾਹੀਂ ਸਾਡੀ ਜ਼ਬਾਨ ਦੇ ਵਿੱਚੋਂ, ਹੁਣ ਜਿਵੇਂ ਆਪਾਂ ਜਿਹੜੇ ਰਿਹਰਸਲ ਕਰਕੇ ਬੈਠੇ ਹਾਂ, ਜੋ ਤੁਰਕੀ ਬਾਣੀ ਆ ਰਹੀ ਹੈ ਉਹ ਆਪਾਂ ਬੋਲ ਰਹੇ ਹਾਂ। ਸੋ ਜੀ ਪ੍ਰਵੀਨ ਜੀ, ਜਿਵੇਂ ਕਿ ਅੱਜ ਆਪਾਂ ਧਰਮ ਦੇ ਬਾਰੇ, ਅਧਿਆਤਮਕਤਾ ਦੀਆਂ ਅੱਜ ਆਪਾਂ ਗੱਲਾਂ ਕਰ ਰਹੇ ਹਾਂ, ਤਾਂ ਸਭ ਤੋਂ ਪਹਿਲਾਂ ਜਿਵੇਂ ਆਪਾਂ ਕਹਿੰਦੇ ਕਿ ਧਰਮ ਜਿਹੜਾ ਹੈ ਨਾ, ਉਹਦੀਆਂ ਬੜੀਆਂ ਅਲੱਗ ਅਲੱਗ ਡਿਫਰੈਂਟ ਡਿਫਰੈਂਟ ਡੈਫੀਨੇਸ਼ਨਸ ਨੇ, ਤੇ ਅੱਜ ਆਪਾਂ ਆਪਣੇ ਦਰਸ਼ਕਾਂ ਨੂੰ ਦੱਸਦੇ ਹਾਂ ਕਿ ਧਰਮ ਹੈ ਕੀ। ਆਪਾਂ ਸ਼ੁਰੂਆਤ ਇੱਥੋਂ ਕਰਦੇ ਹਾਂ ਕਿ ਧਰਮ ਅਸਲ 'ਚ ਹੈ ਕੀ। ਦੇਖੋ ਜਦੋਂ ਧਰਮ ਹੈ ਕੀ, ਹੈ ਨਾ, ਧਰਮ ਜੀ ਜਿਹੜਾ ਹੈ, ਧਰਮ ਬਾਰੇ ਤਾਂ ਸਾਡੇ ਗ੍ਰੰਥਾਂ ਵਿੱਚ, ਠੀਕ ਹੈ, ਸਾਡੀ ਬਾਣੀ ਦੇ ਵਿੱਚ ਸਾਡੇ ਗੁਰੂਆਂ ਪੀਰਾਂ ਨੇ ਧਰਮ ਬਾਰੇ ਬਹੁਤ ਚੰਗੀ ਤਰ੍ਹਾਂ ਦੱਸਿਆ ਹੋਇਆ। ਬਾਬੇ ਨਾਨਕ ਨੇ ਤਾਂ ਧਰਮ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਇਹੋ ਜਿਹੇ ਬੜੇ ਸੁਲਝੇ ਹੋਏ ਤਰੀਕੇ ਨਾਲ ਦਿੱਤੀ ਹੈ ਕਿ ਉੱਥੋਂ ਸਾਨੂੰ ਪਤਾ ਲੱਗ ਜਾਂਦਾ ਧਰਮ ਕੀ ਹੈ। ਬਿਲਕੁਲ ਜੀ, ਅਲੱਗ ਅਲੱਗ ਸਾਰਿਆਂ ਦੇ ਅੰਦਾਜ਼ ਨੇ, ਤੇ ਇਹ ਵੀ ਕਿਹਾ ਜਾਂਦਾ ਕਿ ਜਿਹੜਾ ਧਰਮ ਹੈ ਨਾ, ਧਰਮ ਦਾ ਭਾਵ ਹੈ ਕਿ ਕਿਸੇ ਨੂੰ ਧਾਰਨ ਕਰਨਾ ਕਿਸੇ ਚੀਜ਼ ਨੂੰ, ਤੇ ਕਹਿੰਦੇ ਧਰਮ ਨੂੰ ਆਪਾਂ ਗੁਣ ਵੀ ਕਹਿ ਸਕਦੇ ਹਾਂ, ਜਿਵੇਂ ਕਿ ਅੱਗ ਹੈ ਉਹਦਾ ਧਰਮ ਹੈ ਕਿ ਪ੍ਰਕਾਸ਼ ਕਰਨਾ, ਤੇ ਜਿਵੇਂ ਇੱਕ ਸਕੂਲ ਦੇ ਵਿੱਚ ਟੀਚਰ ਪੜ੍ਹਾ ਰਹੀ ਹੈ ਉਹਦਾ ਧਰਮ ਹੈ ਬੱਚਿਆਂ ਨੂੰ ਗਿਆਨ ਦੇਣਾ, ਯਾਨੀ ਕਿ ਧਰਮ ਨੂੰ ਆਪਾਂ ਇਸ ਤਰੀਕੇ ਨਾਲ ਵੀ ਆਪਾਂ ਸੋਚ ਕੇ ਦੇਖੀਏ ਤਾਂ ਕਹਿ ਸਕਦੇ ਹਾਂ ਵੀ ਇਹ ਵੀ ਇੱਕ ਧਰਮ ਹੈ। ਬਿਲਕੁਲ ਬਿਲਕੁਲ, ਇਹ ਤੁਹਾਡੀ ਗੱਲ ਠੀਕ ਹੈ, ਪਰ ਇੱਥੇ ਕਿਤੇ ਨਾ ਕਿਤੇ ਜਿਹੜਾ ਧਰਮ ਹੈ ਉਸ ਨੂੰ ਰੱਬ ਦੇ ਨਾਲ ਜੋੜ ਕੇ ਦੇਖਿਆ ਜਾਣ ਲੱਗ ਪਿਆ, ਕੁਦਰਤ ਦੇ ਨਾਲ ਜੋੜ ਕੇ ਦੇਖਿਆ ਜਾਣ ਲੱਗ ਪਿਆ। ਦੇਖੋ ਕਿਸੇ ਨੇ ਕਿਹਾ ਕਿ ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ, ਭੇਦ ਇਸ ਦੇ ਖੋਲਣ ਲੱਗਿਆਂ ਤੇ ਫਿਰ ਕਾਫਰ ਹੋ ਜੇ ਬੰਦਾ। ਜਦੋਂ ਸਿਰਾ ਨਹੀਂ ਲੱਭਦਾ ਨਾ ਕਿਸੇ ਚੀਜ਼ ਦਾ, ਫਿਰ ਆਖਰ ਬੰਦਾ ਇਹੀ ਕਹਿੰਦਾ ਜੀ ਇਹ ਤਾਂ ਚੀਜ਼ ਹੈ ਹੀ ਨਹੀਂ। ਜਦਕਿ ਮੈਂ ਇੱਕ ਛੋਟੀ ਜਿਹੀ ਤੁਹਾਨੂੰ ਗੱਲ ਦੱਸਦਾ ਕਿ ਰੱਬ ਹੈ, ਰੱਬ ਨੂੰ ਪਾਉਣ ਦੇ ਜਿਹੜੇ ਤਰੀਕੇ ਸਾਡੇ ਮਹਾਂਪੁਰਸ਼ ਦੱਸਦੇ ਨੇ,
ਤੇ ਹੋ ਸਕਦਾ ਹੈ ਵੀ ਉਹਨਾਂ ਨੂੰ ਆਪ ਨੂੰ ਹੀ ਨਾ ਰੱਬ ਮਿਲਿਆ ਹੋਵੇ। ਜਿਹੜੇ ਕਈ ਅੱਜ ਕੱਲ੍ਹ ਸੰਤ ਸਾਧ ਅਸੀਂ ਵੇਖਦੇ ਹਾਂ ਕਿ ਜਿਹੜੇ ਪਰਮਾਤਮਾ ਨੂੰ ਰੱਬ ਨੂੰ ਪਾਉਣ ਦਾ ਤਰੀਕਾ ਦੱਸਦੇ ਨੇ। ਦੇਖੋ ਗੱਲ ਇਹ ਕਿ ਰੱਬ ਨਾ ਅੱਜ ਤੱਕ ਕਿਸੇ ਨੂੰ ਮਿਲਿਆ ਅਤੇ ਨਾ ਹੀ ਰੱਬ ਮਿਲੂਗਾ, ਕਿਉਂਕਿ ਰੱਬ ਤਾਂ ਸਾਡੇ ਚਾਰੇ ਪਾਸੇ ਮੌਜੂਦ ਹੈ ਅਤੇ ਇਸ ਵੇਲੇ ਸਾਡੇ ਸਟੂਡੀਓ ਦੇ ਵਿੱਚ ਆਪਣੇ ਦਰਮਿਆਨ ਇੱਥੇ ਆਸੇ ਪਾਸੇ ਵੀ ਰੱਬ ਮੌਜੂਦ ਹੈ ਜੇ ਸੋਚਿਆ ਸਮਝਿਆ ਜਾਵੇ ਤਾਂ। ਕਿਉਂਕਿ ਰੱਬ ਦਾ ਜਿਹੜਾ ਨਾਂ ਹੈ ਉਹ ਵੀ ਅਸੀਂ ਵੀ ਰੱਖਿਆ। ਜਦੋਂ ਨੀਤਿਕਾ ਜੀ ਬੋਲੀ ਦਾ ਜਿਹੜਾ ਵਿਕਾਸ ਹੋਇਆ, ਠੀਕ ਹੈ, ਦੇਖੋ ਪਹਿਲਾਂ ਜਦੋਂ ਆਦਿ ਮਾਨਵ ਦੀ ਪੱਥਰ ਯੁੱਗ ਦੀ ਗੱਲ ਕਰ ਲਈਏ, ਵਿਕਾਸ ਡਾਰਵਿਨ ਦਾ ਸਿਧਾਂਤ ਹੈ ਕਿ ਪਹਿਲਾਂ ਬਾਂਦਰ ਤੋਂ ਬੰਦਾ ਬਣਿਆ, ਠੀਕ ਹੈ। ਤਾਂ ਆਦਿ ਮਾਨਵ ਦੀ ਜੇ ਅਸੀਂ ਗੱਲ ਕਰੀਏ, ਜਦੋਂ ਬੋਲੀ ਨਹੀਂ ਹੁੰਦੀ ਸੀ ਉਦੋਂ ਆ ਉਹ ਇਸ਼ਾਰਿਆਂ ਦੀ ਭਾਸ਼ਾ ਹੁੰਦੀ ਸੀ, ਇਹ ਕਰਕੇ ਬੁਲਾਉਂਦੇ ਸੀ। ਅਤੇ ਇੱਥੇ ਕੀ ਹੋਇਆ ਹੋਣਾ ਜਿਵੇਂ ਅਸੀਂ ਮਤਲਬ ਕਈ ਵਾਰ ਵਿਚਾਰ ਕਰਦਾ ਮੈਂ, ਅਤੇ ਸਪੋਜ਼ ਕਰੋ ਉਦੋਂ ਬੰਦਾ ਬੁਲਾਉਂਦਾ ਸੀ ਕਿਸੇ ਨੂੰ, ਆਪਣੇ ਸਾਥੀ ਨੂੰ, ਉਹ ਤਾਂ 5-6 ਊ ਭੱਜੇ ਆਉਂਦੇ ਹੋਣਗੇ, ਬਿਲਕੁਲ, ਹੈ ਨਾ, ਹੋ ਸਕਦਾ। ਉਸ ਤੋਂ ਬਾਅਦ ਉਹਨੇ ਕਿਹਾ ਵੀ ਇਕੱਲਾ ਉਹ ਨਹੀਂ ਠੀਕ, ਵੀ ਤੈਨੂੰ ਉਹ ਕਹੂੰਗਾ ਤਾਂ ਤੂੰ ਆਈ, ਤੈਨੂੰ ਆ ਕੇ ਤਾਂ ਤੂੰ ਆਈ। ਉਹਨੇ ਦੂਜੇ ਨੂੰ ਕਿਹਾ ਉਹ ਤੇ ਆ, ਤੇ ਉਸ ਤੋਂ ਬਾਅਦ ਉਹ ਤੇ ਆ ਕਈ ਭੱਜੇ ਆਉਣ ਲੱਗ ਪਏ, ਫਿਰ ਉਹ ਆ ਈ, ਠੀਕ ਹੈ। ਇੱਥੋਂ ਮੇਰਾ ਖਿਆਲ ਹੈ ਅੱਖਰਾਂ ਦਾ ਵਿਕਾਸ ਹੋਇਆ, ਅਤੇ ਜੇ ਅੱਖਰਾਂ ਦਾ ਵਿਕਾਸ ਹੋਇਆ ਫਿਰ ਉਸ ਤੋਂ ਬਾਅਦ ਜਦੋਂ ਬੰਦੇ ਵੱਧ ਗਏ, ਚੀਜ਼ਾਂ ਵੱਧ ਗਈਆਂ, ਤਾਂ ਉਹਨਾਂ ਦੀ ਨਿਸ਼ਾਨਦੇਹੀ ਕਰਨ ਦੇ ਵਾਸਤੇ ਉਹ ਅੱਖਰਾਂ ਨੂੰ ਜੋੜਨਾ ਸ਼ੁਰੂ ਕਰ ਦਿੱਤਾ ਕਿ ਜੇ ਤੈਨੂੰ ਬੁਲਾਉਣਾ ਤਾਂ ਊ ਅਤੇ ਈੜੀ ਮਿਲਾ ਕੇ ਊਈ ਕਹਿ ਕੇ ਬੁਲਾਉਣਾ, ਠੀਕ ਹੈ। ਇਸੇ ਤਰ੍ਹਾਂ ਵੱਧਦੇ ਵੱਧਦੇ ਜਿਉਂ ਚੀਜ਼ਾਂ ਵੱਧਦੀਆਂ ਗਈਆਂ, ਬੋਲੀਆਂ ਵੱਧਦੀਆਂ ਗਈਆਂ, ਇਸੇ ਤਰ੍ਹਾਂ ਉਹਨਾਂ ਦੇ 9 ਬੰਦੇ ਵੱਲੋਂ ਆਜ਼ਾਦ ਕੀਤੇ ਗਏ। ਇਸੇ ਤਰ੍ਹਾਂ ਬੰਦੇ ਨੇ ਰੱਬ ਦਾ, ਗੋਡ ਦਾ, ਪਰਮਾਤਮਾ ਦਾ, ਵਾਹਿਗੁਰੂ ਦਾ ਨਾਮ ਜਿਹੜਾ ਹੈਗਾ ਅਸੀਂ ਆਪਣੀ ਆਜ਼ਾਦ ਕੀਤਾ ਸ਼ਰਧਾ ਦੇ ਮੁਤਾਬਕ। ਬਿਲਕੁਲ, ਰੱਬ ਤਾਂ ਇੱਕ ਹੈ ਬਟ ਲੋਕਾਂ ਦੇ ਵਿਸ਼ਵਾਸ ਜਿਹੜੇ ਨੇ ਉਹ ਬਦਲ ਚੁੱਕੇ ਨੇ ਜੀ। ਜਿਵੇਂ ਜਿਵੇਂ ਉਹਨਾਂ ਨੇ ਨਾਂ ਬਣਾਏ, ਵਿਸ਼ਵਾਸ ਵੀ ਉਹਨਾਂ ਦਾ ਉੱਧਰ ਉੱਧਰ ਬਣਦਾ ਗਿਆ ਜੀ। ਤੇ ਇੱਕ ਗੱਲ ਹੋਰ, ਲੋਕ ਅੱਜ ਕੱਲ ਲੋਕ ਇਹ ਸੋਚਦੇ ਨੇ ਵੀ ਜਿਹੜੇ ਲੋਕ ਮਤਲਬ ਮੋਹ ਮਾਇਆ ਚ ਪੈ ਜਾਂਦੇ ਨੇ ਜਾਂ ਜਿਹੜੇ ਲੋਕ ਭਗਵੇ ਕੱਪੜੇ ਪਾਉਂਦੇ ਨੇ, ਸਿਰਫ ਉਹਨਾਂ ਨੂੰ ਰੱਬ ਦਾ ਗਿਆਨ ਹੁੰਦਾ ਜਾਂ ਰੱਬ ਉਹਨਾਂ ਨੂੰ ਮਿਲਦਾ, ਕੀ ਇਹ ਗੱਲ ਸੱਚ ਹੈ? ਦੇਖੋ ਗੱਲ ਇਹ ਹੈ ਕਿ ਜਿੱਥੋਂ ਤੱਕ ਗੱਲ ਕਰੀਏ ਕਿ ਕੋਈ ਨਾ ਕੋਈ ਬੰਦਾ ਅਜਿਹਾ ਹੁੰਦਾ ਜਿਹੜਾ ਸਾਨੂੰ ਪਰਮ ਪਿਤਾ ਪਰਮਾਤਮਾ ਬਾਰੇ ਜਿਹੜਾ ਦੱਸਦਾ, ਉਹ ਸੁਪਰ ਪਾਵਰ ਦੇ ਬਾਰੇ ਜਾਣਕਾਰੀ ਦਿੰਦਾ। ਕਈ ਇਸ ਤਰ੍ਹਾਂ ਦੇ ਜਿਹੜੇ ਪੈਗੰਬਰ ਹੁੰਦੇ ਨੇ, ਪੈਗੰਬਰ ਇਸ ਧਰਤੀ ਦੇ ਉੱਤੇ ਉਸ ਗੈਬੀ ਸ਼ਕਤੀ, ਉਸ ਕੁਦਰਤ ਜਿਹਨੂੰ ਅਸੀਂ ਕੁਦਰਤ ਦਾ ਨਾਂ ਦਿੱਤਾ, ਉਸ ਤਾਕਤ, ਉਹਦੇ ਨਾਮ, ਉਹਦੇ ਦੁਆਰਾ ਉਹ ਇੱਥੇ ਭੇਜੇ ਗਏ। ਔਰ ਨੈਚੁਰਲ ਕਿ ਜਦੋਂ ਕੋਈ ਸੁਪਰ ਪਾਵਰ ਕਿਸੇ ਨੂੰ ਕਿਸੇ ਵੀ ਰੂਪ ਵਿੱਚ ਭੇਜੂਗੀ ਆਪਣੀ ਕ੍ਰੀਏਸ਼ਨ ਦੇ ਨਾਲ, ਤਾਂ ਉਹ ਉਸ ਨੂੰ ਕੁਛ ਨਾ ਕੁਛ ਆਪਣੀਆਂ ਸ਼ਕਤੀਆਂ ਵੀ ਦੇ ਕੇ ਭੇਜੂਗੀ। ਸੋ ਸਾਡੇ ਪੈਗੰਬਰ ਆਏ, ਪਰ ਉਹ ਪੈਗੰਬਰ ਰੱਬ ਨਹੀਂ ਸਨ, ਉਹ ਸਾਡੇ ਪਰਮਾਤਮਾ ਦਾ ਪੈਗਾਮ ਦੇਣ ਵਾਲੇ ਸੀ, ਰੱਬ ਦਾ ਪੈਗਾਮ ਦੇਣ ਵਾਲੇ ਸੀ। ਸੋ ਅੱਜ ਕੱਲ੍ਹ ਵੀ ਜਿਹੜੇ ਪੈਗੰਬਰ ਵੀ ਹੈਗੇ ਜਿਹੜੀਆਂ ਚੰਗੀਆਂ ਗੱਲਾਂ ਦੱਸਦੇ ਨੇ, ਜਿਹੜੇ ਪੈਗਾਮ ਦਿੰਦੇ ਨੇ ਉਹ ਪੈਗੰਬਰ ਨੇ, ਜਿਹੜੇ ਲੋਕਾਂ ਨੂੰ ਬਾਣੀ ਨਾਲ ਜੋੜਦੇ ਨੇ, ਲੋਕਾਂ ਨੂੰ ਪਰਮਾਤਮਾ ਦੇ ਨਾਲ ਜੋੜਦੇ ਨੇ, ਲੋਕਾਂ ਨੂੰ ਕੁਦਰਤ ਦੇ ਬਾਰੇ, ਨੇਚਰ ਦੇ ਬਾਰੇ ਜੋੜਦੇ ਨੇ, ਤੇ ਉਹ ਪੈਗਾਮ ਦੇਣ ਵਾਲੇ ਪੈਗੰਬਰ ਨੇ ਜੀ। ਬਿਲਕੁਲ, ਇੱਥੇ ਇੱਕ ਹੋਰ ਗੱਲ ਮੇਰੇ ਮਾਇੰਡ ਦੇ ਵਿੱਚ ਆ ਰਹੀ ਹੈ ਕਿ ਪੈਗੰਬਰ ਹੋਣ ਵਾਸਤੇ ਰੱਬ ਦਾ ਪੈਸੇ ਦੀ ਜ਼ਰੂਰਤ ਹੁੰਦੀ ਹੈ? ਦੇਖੋ ਗੱਲ ਇਹ ਹੈ ਕਿ ਅਸੀਂ ਕਿ ਸਾਡੇ ਕੋਲ ਅਗਰ ਜ਼ਿਆਦਾ ਪੈਸਾ ਹੈ ਤਾਂ ਅਸੀਂ ਨਹੀਂ, ਜ਼ਿਆਦਾ ਨਹੀਂ। ਦੇਖੋ ਗੱਲ ਇਹ ਹੈ ਕਿ ਦੇਖੋ ਗੱਲ ਇਹ ਕਿ ਬੰਦਾ ਕਿੱਥੇ ਫਸਦਾ, ਕਿੱਥੇ ਮਾਇਆ 'ਚ, ਕਿੱਥੇ ਮਕੜ ਜਾਲ 'ਚ ਫਸਦਾ, ਕਿ ਕੁੱਲੀ ਗੁੱਲੀ ਜੁੱਲੀ ਦੀ ਪਹਿਲਾਂ ਲੋੜ ਹੁੰਦੀ ਸੀ ਆਪਦੀ ਰੋਟੀ ਪਾਣੀ ਦੇ ਲਈ, ਆਪਣੇ ਰਹਿਣ ਦੇ ਲਈ ਚੰਗੀ ਥਾਂ ਹੁੰਦੀ, ਆਪਣੇ ਖਾਣ ਪੀਣ ਦੇ ਲਈ, ਠੀਕ ਹੈ ਨਾ। ਪਹਿਲਾਂ ਬੰਦਾ ਦਰੱਖਤਾਂ ਦੇ ਉੱਤੇ ਚੜ੍ਹ ਜਾਂਦਾ, ਮਚਾਣ ਬਣਾ ਕੇ ਰਹਿ ਲੈਂਦਾ, ਫਿਰ ਝੁੱਗੀਆਂ ਦਾ ਜ਼ਮਾਨਾ ਆ ਗਿਆ, ਫਿਰ ਮਕਾਨ ਆ ਗਏ, ਮਕਾਨਾਂ ਦੀ ਆਲੀ ਦੇਖਾ ਦੇਖੀ, ਫਿਰ ਦਰਵਾਜ਼ੇ ਨਵੇਂ ਤੋਂ ਨਵੇਂ, ਫਿਰ ਸਟੀਲ ਚੱਲ ਪਈ, ਫਿਰ ਜੀ ਡੈਕੋਰੇਸ਼ਨ ਵੱਲ ਪੈ ਗਿਆ, ਫਿਰ ਭੱਜ ਦੌੜ ਪੈ ਗਈ ਕਿ ਮੇਰਾ ਮਕਾਨ ਦੂਜੇ ਨਾਲ ਸੋਹਣਾ ਦਿਸੇ, ਠੀਕ ਹੈ। ਇਹ ਜਿਹੜੇ ਮਕੜ ਜਾਲ ਵਿੱਚ ਬੰਦਾ ਫਸ ਗਿਆ ਨਾ, ਕਿ ਇੱਛਾਵਾਂ ਤੋਂ ਵੱਧ ਜਿਹੜਾ ਸੰਗ੍ਰਹਿ ਕਰਨਾ, ਇਹ ਵੀ ਮਾੜੀ ਚੀਜ਼, ਕਿਉਂਕਿ ਲੋਕ ਅੱਜ ਕੱਲ੍ਹ ਸੋਚਦੇ ਨੇ ਇਹ ਪਹਿਲਾ ਜ਼ਮਾਨਾ ਗਿਆ ਕਿ ਆਪਾਂ ਕਿਸੇ ਤੋਂ ਕਿਸੇ ਦੇ ਆਚਰਣ 'ਚ ਜਾ ਕੇ ਆਪਾਂ ਉਹ ਤੋਂ ਕੁਛ ਸਿੱਖਦੇ ਹਾਂ, ਉਹ ਤੋਂ ਕੋਈ ਗਿਆਨ ਲੈਂਦੇ ਹਾਂ, ਇਹ ਪਹਿਲਾਂ ਦੀਆਂ ਗੱਲਾਂ ਨੇ। ਬਟ ਅੱਜ ਕੱਲ੍ਹ ਕਿਉਂਕਿ ਆਪਾਂ ਦੇਖਦੇ ਹਾਂ ਕਿ ਜਿੰਨੇ ਵੀ ਲੋਕ ਨੇ, ਜਿਸ ਬੰਦੇ ਕੋਲ ਪੈਸਾ ਜ਼ਿਆਦਾ ਨਾ, ਉਹਦੇ ਕੋਲ ਬਹੁਤ ਭੱਜਦੇ ਨੇ, ਅਤੇ ਉਹਦੇ ਫੋਲੋਅਰ ਬੜੇ ਬਣ ਜਾਂਦੇ ਨੇ ਅੱਜ ਕੱਲ੍ਹ ਲੋਕ, ਕਿ ਅਗਰ ਇਹਦੇ ਕੋਲ ਇਸ ਬੰਦੇ ਕੋਲ ਪੈਸਾ ਤਾਂ ਇਸਨੇ ਕਿਸੇ ਤਰੀਕੇ ਨਾਲ ਪਾਇਆ ਹੋਣਾ, ਤਾਂ ਮੈਂ ਇਸ ਤੋਂ ਟੈਕਨੀਕ ਪੁੱਛਾਂ, ਉਹ ਟੈਕਨੀਕ ਦੇ ਚੱਕਰ ਦੇ ਵਿੱਚੋਂ ਕਾਫੀ ਵਾਧਾ ਵੱਧ ਜਾਂਦਾ। ਨੀਤੀ ਭਾਜੀ, ਇੱਕ ਮੈਂ ਤੁਹਾਨੂੰ ਕਮਾਲ ਦੀ ਚੀਜ਼ ਦੱਸਾਂ ਕਿ ਬਹੁਤ ਵੱਡੀ ਇੰਡਸਟਰੀ ਬਣ ਚੁੱਕੀ ਹੈ, ਬਹੁਤ ਵੱਡਾ ਬਿਜ਼ਨਸ ਬਣ ਚੁੱਕਿਆ। ਤਰੀਕਾ ਕੀ ਹੈ ਜੀ? ਸਿੰਪਲ, ਇੱਕ ਕਮਰੇ ਦੇ ਵਿੱਚ ਬੈਠੋ, ਆਪੇ ਹੀ ਬਿਠਾ ਦਿੰਦੇ ਨੇ ਜਿਹੜੇ ਕੁਛ ਚੈਨਲ ਵਾਲੇ ਨੇ, ਤੁਸੀਂ ਜਾ ਕੇ ਕਹੋ ਜੀ ਕਿ ਮੈਨੂੰ ਸੰਤ ਬਣਾ ਦਿਓ, ਮੈਨੂੰ ਬਾਬਾ ਬਣਾ ਦਿਓ। ਤੁਹਾਨੂੰ ਬੋਲਣਾ ਆਉਣਾ ਚਾਹੀਦਾ, ਤੁਹਾਨੂੰ ਗੁਣ ਗਿਆਨ ਤੁਹਾਡੇ ਅੰਦਰ ਭੜਿਆ ਹੋਵੇ, ਇੰਨੀ ਕੁ ਸਟੱਡੀ ਕੀਤੀ ਹੋਵੇ, ਤੁਸੀਂ ਅੱਛੀਆਂ ਅੱਛੀਆਂ ਤੁਹਾਨੂੰ ਲੱਛੇਦਾਰ ਗੱਲਾਂ ਆਉਂਦੀਆਂ ਹੋਣ, ਭਾਸ਼ਾ ਆਉਂਦੀ ਹੋਵੇ, ਯਾਨੀ ਕਿ ਮੈਸਮਰਿਜ਼ਮ, ਸਮੋਹਣ ਦੀ ਵੀ ਥੋੜ੍ਹੀ ਬਹੁਤ ਤਾਕਤ ਤੁਹਾਡੇ ਕੋਲ। ਬਿਲਕੁਲ,
ਉਸ ਤੋਂ ਬਾਅਦ ਫਿਰ ਉਸ ਬੰਦੇ ਨੂੰ ਸਟੂਡੀਓ ਵਾਲੇ ਬਿਠਾ ਲੈਂਦੇ ਨੇ, ਉਹਦੇ ਅੱਗੇ ਦੋ ਚਾਰ ਗੇਂਦੇ ਦੇ ਫੁੱਲ ਧਰਤੇ, ਠੀਕ ਹੈ, ਉਸ ਤੋਂ ਬਾਅਦ ਉਹ ਬੰਦੇ ਦੇ ਮਤਲਬ ਆਪਦਾ ਡਿਜ਼ਾਇਨ ਜਿਹਾ ਬਣਾਤਾ ਉਹਦਾ ਵੱਖਰਾ, ਕਿਉਂਕਿ ਡਿਜ਼ਾਇਨ ਵੀ ਜ਼ਰੂਰੀ ਹੋਣੇ ਚਾਹੀਦੇ ਨੇ। ਜਦੋਂ ਤੁਸੀਂ ਆਮ ਆਦਮੀ ਦੇ ਨਾਲ ਕੋਈ ਗੱਲ ਦੱਸੋਗੇ ਅਤੇ ਜੇ ਤੁਸੀਂ ਉੱਦਾਂ ਦੀ ਡਰੈਸ ਪਾ ਕੇ ਦੱਸੋਗੇ ਸ਼ਾਇਦ ਕੋਈ ਤੁਹਾਡੀ ਗੱਲ ਨਾ ਮੰਨਣ। ਜਦੋਂ ਤੁਸੀਂ ਵੱਖਰਾ ਜਿਹਾ ਡਿਜ਼ਾਇਨਦਾਰ ਜਾਂ ਕੋਈ ਕੁੜਤਾ ਜਾਂ ਸਵਾਲੋਗੇ, ਕੋਈ ਇੱਦਾਂ ਦੀ ਡਿਜ਼ਾਇਨ ਜਾਂ ਨਕਸ਼ਾ ਜਿਹਾ ਬਣਾਓਗੇ ਤਾਂ ਉਹ ਜ਼ਰੂਰੀ ਹੁੰਦਾ, ਬ੍ਰਾਂਡ ਜ਼ਰੂਰੀ ਹੁੰਦਾ। ਬ੍ਰਾਂਡ ਆਪਾਂ ਮੰਨਦੇ ਹਾਂ, ਤੁਹਾਡੀ ਗੱਲ ਵੀ ਠੀਕ ਹੈ ਕਿ ਜਦੋਂ ਤੱਕ ਬ੍ਰਾਂਡ ਨਹੀਂ ਹੋਏਗਾ ਤਾਂ ਲੋਕ ਅਟਰੈਕਟ ਨਹੀਂ ਹੋਣਗੇ। ਬਟ ਜਿਵੇਂ ਕਿ ਹੁਣ ਆ ਪਿੱਛੇ ਜੇ ਰਾਧੇ ਮਾਂ ਦੀ ਗੱਲ ਦੱਸੀ ਸੀ, ਲੋਕ ਉਹਨੇ ਚਾਹੇ ਬ੍ਰਾਂਡ ਲਾ ਲਓ, ਚਾਹੇ ਵੈਸੇ ਦੱਸਣ ਵਾਸਤੇ ਕਿ ਮੈਂ ਰਾਧੇ ਮਾਂ ਮੈਨੂੰ ਲਾਲ ਕੱਪੜੇ ਪਸੰਦ ਹੈ, ਚਾਹੇ ਇਸ ਤਰੀਕੇ ਨਾਲ ਉਹਨੇ ਸੋਚ ਕੇ ਉਹ ਚੀਜ਼ ਪਾਈ, ਪਰ ਲੋਕਾਂ ਨੇ ਉਹਦਾ ਵਿਰੋਧ ਕੀਤਾ। ਭਾਵ ਕਿ ਅੱਜ ਕੱਲ੍ਹ ਬ੍ਰਾਂਡ, ਜੇ ਬ੍ਰਾਂਡ ਦਾ ਵੀ ਆਪਾਂ ਉਹ ਕਰਦੇ ਹਾਂ ਤਾਂ ਲੋਕ ਉਹਦਾ ਵੀ ਵਿਰੋਧ ਕਰਦੇ, ਵੀ ਬੰਦਾ ਜਾਏ ਤਾਂ ਜਾਏ ਕਿੱਥੇ। ਦੇਖੋ ਨੀਤਿਕਾ ਜੀ, ਜਦੋਂ ਬ੍ਰਾਂਡ ਬਣ ਕੇ ਬੰਦਾ ਆਮ ਬੰਦੇ ਨੂੰ ਰੱਬ ਦੀ ਪ੍ਰਾਪਤੀ ਦਾ ਮਾਰਗ ਦੱਸਦਾ, ਪਰਮਾਤਮਾ ਕੋਲ ਪਹੁੰਚਣ ਦਾ ਮਾਰਗ ਦੱਸਦਾ, ਤੇ ਰੱਬ ਨੇ ਥੋੜਾ ਕਿਹਾ ਹੁੰਦਾ ਕਿ ਭਾਈ ਤੂੰ ਲਾਲ ਕੱਪੜੇ ਪਾਲਾ, ਤੂੰ ਜਾਮਣੀ ਪਾਲਾ, ਤੂੰ ਖੱਟੇ ਪਾਲਾ, ਤੂੰ ਕਾਲੇ ਪਾਲਾ, ਕੱਪੜਿਆਂ ਦਾ ਕੋਈ ਲੈਣ ਦੇਣ ਹਰੇ ਪਾਲਾ ਤੇ ਤਾਂ ਹੀ ਮੈਂ ਤੈਨੂੰ ਮਿਲੂੰਗਾ। ਰੱਬ ਦਾ ਕੱਪੜਿਆਂ ਨਾਲ ਕੀ ਲੈਣ ਦੇਣ? ਇੱਕ ਛੋਟਾ ਬੱਚਾ ਜਦੋਂ ਜੰਮਦਾ ਤੇ ਉਹਨੂੰ ਜਦੋਂ ਨਰਸ ਨੁਹਾ ਰਹੀ ਹੁੰਦੀ ਆ, ਉਹ ਨੰਗਾ ਹੁੰਦਾ ਬਿਲਕੁਲ, ਤੇ ਰੱਬ ਉਹਦੇ ਵਿੱਚ ਵਸ ਰਿਹਾ ਹੁੰਦਾ। ਉਸ ਮਾਸੂਮ ਬੱਚੇ ਦੇ ਵਿੱਚ, ਜਿਹੜਾ ਇੱਕ ਮਾਸੂਮ ਬੱਚਾ ਹੁੰਦਾ, ਉਹਦੇ ਵਿੱਚ ਪਰਮਾਤਮਾ ਹੁੰਦਾ, ਕਿਉਂਕਿ ਉਹਨੂੰ ਬਲ ਛਲ, ਤੁਸੀਂ ਵੇਖਿਆ ਹੋਊਗਾ ਕਿ ਛੋਟਾ ਬੱਚਾ ਜੰਮਦਾ ਹੋਇਆ, ਜੰਮਣ ਤੋਂ ਬਾਅਦ ਜਦੋਂ ਉਹ ਅਵਸਥਾ ਵਿੱਚ ਆਪਣੀ 'ਚ ਹੁੰਦਾ, ਜਦੋਂ ਉਹਦੇ ਕੋਈ ਦੀਨ ਦੁਨੀਆ ਨਾਲ ਕੋਈ ਵਾਸਤਾ ਨਹੀਂ, ਉਹ ਆਪ ਹੀ ਹੱਸੀ ਜਾ ਰਿਹਾ ਹੁੰਦਾ, ਪਿਆ ਪਿਆ ਆਪੇ ਹੀ ਗੱਲਾਂ ਕਰ ਰਿਹਾ ਹੁੰਦਾ ਕਿਸੇ ਖਾਸ ਕੁਦਰਤ ਨਾਲ, ਆਪੇ ਹੀ ਉਹ ਹੈ ਨਾ ਹੱਥ ਪੈਰ ਜੇ ਮਾਰ ਕੇ ਆਪਣਾ ਖੇਡ ਰਿਹਾ ਹੁੰਦਾ। ਉਹ ਇਲਾਹੀ ਅਵਸਥਾ, ਪਰਮ ਬਿਸਮਾਤ ਦੀ ਅਵਸਥਾ ਹੁੰਦੀ ਹੈ ਜਦੋਂ ਉਸ ਧੁਰ ਆਪਣੇ ਉਸ ਪਰਮਾਤਮਾ ਨਾਲ ਜੁੜਿਆ ਹੁੰਦਾ ਅਤੇ ਗੱਲਾਂ ਕਰ ਰਿਹਾ ਹੁੰਦਾ। ਸੋ ਬਾਅਦ ਵਿੱਚ ਜਿਉਂ ਜਿਉਂ ਦੁਨੀਆ ਦੇ ਚੱਕਰਬਾਜ਼ੀ ਦੇ ਵਿੱਚ ਪੈਂਦਾ ਰਹਿੰਦਾ ਕਿ ਜਿਹੜਾ ਕਿ ਸਰਵਾਈਵ ਕਰਨ ਦੇ ਲਈ ਜ਼ਰੂਰੀ ਹੈ, ਤਿਉਂ ਤਿਉਂ ਕਿਤੇ ਨਾ ਕਿਤੇ ਉਹ ਰੱਬ ਤੋਂ ਦੂਰ ਹੁੰਦਾ ਜਾਂਦਾ, ਅਤੇ ਪਰਮਾਤਮਾ ਨੇ ਵੀ ਕੁਛ ਨਾ ਕੁਛ ਬੰਦੇ ਇਹੋ ਜਿਹੇ ਭੇਜੇ ਹੁੰਦੇ ਨੇ ਜਿਹੜੇ ਉਹ ਦੁਨੀਆਦਾਰੀ ਦੇ ਵਿੱਚ ਫਸੇ ਬੰਦੇ ਨੂੰ ਕੁਛ ਆਪਣੀ ਹੋਂਦ ਦੇ ਬਾਰੇ, ਆਪਣੀ ਗੱਲਬਾਤ ਦੇ ਬਾਰੇ ਦੱਸਣ, ਠੀਕ ਹੈ, ਪਰਮਾਤਮਾ ਦੇ ਬਾਰੇ ਜ਼ਿਕਰ ਕਰਨ। ਪਰ ਜਿੱਥੋਂ ਤੱਕ ਭੇਖ ਦੀ ਗੱਲ ਹੈ, ਅਤੇ ਬਾਬੇ ਨਾਨਕ ਨੇ ਤਾਂ ਭੇਖ ਬਾਰੇ ਤਾਂ ਬਹੁਤ ਕੁਛ ਸਪੱਸ਼ਟ ਕਰ ਦਿੱਤਾ, ਭੇਖ ਕੋਈ ਧਾਰਨ ਕੀਤੇ ਹੋਏ, ਕੋਈ ਸਪੈਸ਼ਲ ਨਹੀਂ ਕਿ ਵਿਸ਼ੇਸ਼ ਭੇਖ ਧਾਰਨ ਕਰੋਗੇ ਤਾਂ ਰੱਬ ਮਿਲੂਗਾ ਜੀ। ਰੱਬ ਹੈ ਜਿਹੜਾ, ਰੱਬ ਉਹ ਪਹਿਲਾਂ ਕਹਿ ਕੇ ਚੁੱਕੇ ਇੱਕ ਗੁੰਝਲਦਾਰ ਬੁਝਾਰਤ ਹੈ, ਠੀਕ ਹੈ ਨਾ। ਹੁਣ ਤੁਸੀਂ ਦੇਖ ਲਓ ਕਿ ਜਿਹੜੇ ਨਾਮ ਨੇ, ਹੁਣ ਜਦੋਂ ਰੱਸੀਆਂ ਇੱਕ ਤੋਂ ਦੂਜੇ ਥਾਂ ਬੰਨਣ ਦੀ ਲੋੜ ਨਹੀਂ ਪਈ ਸੀ, ਬਿਜਲੀਆਂ ਦੀਆਂ ਤਾਰਾਂ ਜਿਹੜੀਆਂ ਸੀਗੀਆਂ ਉਹ ਨਹੀਂ ਸੀਗੀਆਂ, ਹੈ ਨਾ, ਬਿਜਲੀ ਨਹੀਂ ਸੀ, ਉਦੋਂ ਕਿਸੇ ਨੂੰ ਕੀ ਪਤਾ ਸੀ ਖੰਭਾ ਕੀ ਹੁੰਦਾ, ਕਿਸੇ ਨੂੰ ਕੀ ਪਤਾ ਸੀ ਕੀ ਹੁੰਦਾ। ਜਦੋਂ ਇਹ ਚੀਜ਼ਾਂ ਇਜ਼ਾਦ ਹੋਈਆਂ ਉਦੋਂ ਕਿਸੇ ਨੇ ਪਿੱਲਰ ਨਾ ਰੱਖਤਾ ਜਾਂ ਕੋਈ ਮਕਾਨ ਬਣਾਉਂਦਾ ਉਹਦੇ ਥੰਭਲਿਆਂ ਨੂੰ, ਠੀਕ ਹੈ, ਕਿਸੇ ਨੇ ਸਤੰਭ ਨਾ ਰੱਖਤਾ, ਕਿਸੇ ਨੇ ਖੰਭਾ, ਜਿਵੇਂ ਲੈਂਗੁਏਜ ਦਾ ਵਿਕਾਸ ਹੁੰਦਾ ਗਿਆ ਉਵੇਂ ਉਵੇਂ ਕਿਉਂਕਿ ਅਸੀਂ ਰੱਬ ਦੀ ਵੀ ਡੈਫੀਨੇਸ਼ਨ ਚੇਂਜ ਕਰਤੀ। ਅਦਰਵਾਈਜ਼ ਤਾਂ ਦੇਖਿਆ ਜਾਵੇ ਚਾਰੇ ਪਾਸੇ ਕੁਦਰਤ ਹੈ ਜੀ, ਬਿਲਕੁਲ, ਠੀਕ ਹੈ ਨਾ। ਰੱਬ ਇੱਕ ਹੈ, ਸਭ ਕੁਛ ਇੱਕ ਹੈ, ਪਰ ਜਿਵੇਂ ਕਹਿੰਦੇ ਨੇ ਕਿ ਕਿਸੇ ਬੁੱਕ ਦੇ ਵਿੱਚ ਡਿਫਰੈਂਟ ਡਿਫਰੈਂਟ ਫਿਲੋਸਫਰ, ਡਿਫਰੈਂਟ ਡਿਫਰੈਂਟ ਔਥਰ ਆਪਣੇ ਤਰੀਕੇ ਨਾਲ ਡੈਫੀਨੇਸ਼ਨ ਦਿੰਦੇ ਨੇ ਉਸ ਚੀਜ਼ ਦੀ, ਬਸ ਲੋਕਾਂ ਨੇ ਆਪਣੀ ਸੋਚ ਦੇ ਅਨੁਸਾਰ, ਲੋਕਾਂ ਨੇ ਆਪਣੀ ਸਟੱਡੀ ਦੇ ਅਕੋਰਡਿੰਗ ਉਸ ਤਰੀਕੇ ਨਾਲ ਰੱਬ ਦੀ ਡੈਫੀਨੇਸ਼ਨ ਦਿੱਤੀ। ਵੈਸੇ ਰੱਬ ਦੇਖੋ ਜੀ, ਜੇ ਰੱਬ ਦੀ ਡੈਫੀਨੇਸ਼ਨ ਤੁਸੀਂ ਸਹੀ ਅਰਥਾਂ ਵਿੱਚ ਦੇਖਣੀ ਹੈ ਤਾਂ ਤੁਹਾਨੂੰ ਮੈਂ ਇੱਕ ਚੀਜ਼ ਦੱਸਦਾ ਛੋਟੀ ਜੀ। ਆਪਾਂ ਘਰੇ ਦੋ ਚਾਰ ਬੂਟੇ ਲਾ ਦਈਏ, ਪੰਜ ਛੇ ਲਾ ਦਈਏ, ਠੀਕ ਹੈ, ਉਹਦੇ ਵਿੱਚੋਂ ਜ਼ਰੂਰੀ ਨਹੀਂ, ਕਈ ਵਾਰ ਤਾਂ ਸਾਰੀ ਮੁਰਝਾ ਜਾਂਦੇ ਨੇ, ਜੜ੍ਹਾਂ ਨਹੀਂ ਲੱਗਦੀਆਂ, ਕਈ ਵਾਰ ਉਹਨੂੰ 'ਚ ਇੱਕ ਦੋ ਬੂਟੇ ਚੱਲ ਪੈਂਦੇ ਨੇ, ਉਹ ਪਰਮਾਤਮਾ ਦੀ ਮਰਜ਼ੀ ਦੇ ਨਾਲ। ਪਰ ਜਿਹੜਾ ਜੰਗਲ ਦੇ ਜੰਗਲ ਪੈਦਾ ਹੋ ਰਹੇ ਨੇ, ਇੱਥੇ ਕਿਹੜਾ ਕੋਈ ਬੰਦਾ ਬੀਜਦਾ, ਇਹ ਬੀਜ ਦੇ ਬੀਜ ਅੱਗੇ ਦੀ ਅੱਗੇ ਕਈ ਥਾਵਾਂ ਦੇ ਉੱਤੇ ਤਾਂ ਪਾਣੀ ਨਹੀਂ ਪਾਉਂਦਾ, ਕੋਈ ਉੱਥੇ ਹੀ ਬੂਟੇ ਪੈਦਾ ਹੁੰਦੇ ਨੇ, ਠੀਕ ਹੈ, ਇਹ ਨੇਚਰ ਹੈ, ਕੁਦਰਤ ਹੈ, ਅਤੇ ਕੁਦਰਤ ਹੀ ਰੱਬ ਹੈ। ਬਾਬੇ ਨਾਨਕ ਨੇ ਜਦੋਂ ਜਗਨਨਾਥ ਪੁਰੀ ਜਦੋਂ ਮੰਦਰਾਂ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਆਰਤੀ ਹੋ ਰਹੀ ਹੈ, ਤਾਂ ਬਾਬਾ ਨਾਨਕ ਦਾ ਜਿਹੜਾ ਉਹਨਾਂ ਦਾ ਲਿਖਣ ਦਾ ਜਿਹੜਾ ਉਹਨਾਂ ਦਾ ਕੈਨਵਸ ਸੀ ਉਹ ਵੀ ਬੜਾ ਵਿਸ਼ਾਲ ਸੀ, ਅਤੇ ਜਿਹੜਾ ਉਹਨਾਂ ਦਾ ਸੋਚਣ ਦਾ ਦਾਇਰਾ ਸੀ ਉਹ ਪੂਰੇ ਬ੍ਰਹਿਮੰਡ ਜਿੱਡਾ ਸੀ। ਉਹਨਾਂ ਨੇ ਉਸ ਬ੍ਰਹਿਮੰਡ, ਉਹਨਾਂ ਨੇ ਉਸ ਕਾਇਨਾਤ ਬਾਰੇ ਸੋਚ ਕੇ ਲਿਖਿਆ ਜੀ, ਗਗਨ ਮਿਥਾਲ ਰਵੀਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਂ ਨੂੰ ਸਗਲ ਆਪਣੇ ਧੂਪ ਪਵਨ ਚਬਰ ਕਰੇ ਸਗਲ ਬਣ ਰਹੇ ਫੁਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ। ਨੇਚਰ ਹੈ ਕਿ ਆਰਤੀ ਤਾਂ ਕੁਦਰਤੀ ਹੈ ਨਾ, ਨੇਚਰ ਹੀ ਕਰ ਰਹੀ ਹੈ, ਇਹ ਨੇਚਰ ਕਿਹਦੀ ਆਰਤੀ ਕਰ ਰਹੀ ਹੈ? ਉਸ ਪਰਮਾਤਮਾ ਦੀ, ਜਿਹੜੇ ਪਰਮਾਤਮਾ ਨੇ ਤਾਰੇ ਬਣਾਏ, ਸੂਰਜ ਬਣਾਏ, ਚੰਦ ਬਣਾਏ, ਔਰ ਇੱਕ ਵਿਸ਼ਵਾਸ ਪੈਦਾ ਕੀਤਾ ਸਾਡੇ ਦਿਲ ਵਿੱਚ। ਕਦੇ ਤੁਸੀਂ ਸੋਚਿਆ ਨਹੀਂ ਤਾਂ ਜੀ ਰਾਤ ਨੂੰ ਸੌਂਦੇ ਹੋਏ ਕਿ ਚੰਦ ਉੱਤੇ ਨਾ ਡਿੱਗ ਜੇ, ਤਾਰੇ ਨਾ ਡਿੱਗ ਜਾਣ, ਇਸ ਨੀਂਦ 'ਚ ਕਦੇ ਪਰੇਸ਼ਾਨ ਹੋ ਕੇ ਤੁਸੀਂ ਨੀਂਦ ਗਵਾਈਏ? ਨਹੀਂ ਗਵਾਈ ਨਾ, ਤੁਹਾਨੂੰ ਇੱਕ ਇਤਮਾਰ ਹੈ, ਇੱਕ ਪਰਮਾਤਮਾ ਨੇ ਉਸ ਸਤਾ ਦੇ ਉੱਤੇ ਇੱਕ ਇਤਮਾਰ ਹੈ ਕਿ ਜਿਵੇਂ ਇਹ ਕਾਇਨਾਤ ਚੱਲ ਰਹੀ ਹੈ ਸਿਸਟਮ ਦੇ ਨਾਲ,
ਉਸੇ ਤਰ੍ਹਾਂ ਪਰਮਾਤਮਾ ਜਿਹੜਾ ਹੈ ਇਸ ਸਿਸਟਮ ਨੂੰ ਚਲਾ ਰਿਹਾ। ਚੰਦ ਤਾਰੇ ਤਾਂ ਦੂਰ ਦੀ ਗੱਲ ਹੈ, ਆਪਾਂ ਛਿਪਕਲੀ ਨੂੰ ਵੇਖ ਲਓ। ਹਾਂ, ਛਿਪਕਲੀ ਨੂੰ ਦੇਖੋ ਕਿੰਨੀ ਨੇੜੇ ਹੁੰਦੀ ਹੈ, ਆਪਾਂ ਨੂੰ ਡਰ ਲੱਗਦਾ ਕਿ ਉਹ ਡਿੱਗ ਜਾਏਗੀ, ਬਟ ਨਹੀਂ ਗਿਰਦੀ। ਬਈ ਮੈਨੂੰ ਤਾਂ ਕਦੇ ਡਰ ਲੱਗਿਆ ਨਹੀਂ, ਮੇਰੇ ਤਾਂ ਉੱਤੇ ਛਿਪਕਲੀ ਘੁੰਮਦੀ ਰਹਿੰਦੀ ਹੈ, ਮੈਨੂੰ ਪਤਾ ਹੈ। ਠੀਕ ਹੈ, ਡਰਨਾ ਤਾਂ ਉਹਨੂੰ ਚਾਹੀਦਾ ਵੀ ਮੈਂ ਥੱਲੇ ਨਾ ਡਿੱਗ ਪਾਂ, ਉਹ ਆਪਦੀ ਪੂਰੀ ਮਜ਼ਬੂਤੀ ਦੇ ਨਾਲ ਇੰਤਜ਼ਾਮ ਕਰਦੀ ਹੈ। ਬਿਲਕੁਲ ਜੀ। ਤੇ ਇੱਕ ਇੱਕ ਗੱਲ ਹੋਰ, ਅਧਿਆਤਮਿਕਤਾ ਦੇ ਤੌਰ ਤੇ ਅਗਰ ਆਪਾਂ ਦੇਖੀਏ, ਕਹਿੰਦੇ ਮਾਇਆ ਤੇ ਧਨ ਦੇ ਵਿੱਚ ਬੜਾ ਅੰਤਰ ਹੁੰਦਾ। ਹਾਂ, ਆਪਾਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸਦੇ ਹਾਂ ਕਿ ਮਾਇਆ ਤੇ ਜਿਹੜੀ ਧਨ ਹੈ ਉਹ ਇੱਕ ਚੀਜ਼ ਨਹੀਂ ਹੁੰਦੀ, ਉਹ ਦੋਵੇਂ ਵੱਖਰੀਆਂ ਚੀਜ਼ਾਂ ਨੇ। ਤੇ ਅੱਜ ਤੁਸੀਂ ਦੱਸੋ ਕਿ ਮਾਇਆ ਤੇ ਧਨ ਦੇ ਵਿੱਚ ਕੀ ਹੈ। ਮਾਇਆ ਵੀ ਸਾਡਾ ਰਚਿਆ ਹੋਇਆ, ਜਿਹੜੀ ਆ ਸੰਸਾਰ ਚੱਲ ਰਿਹਾ, ਇਹ ਮਾਇਆ ਇੱਕ ਤਰ੍ਹਾਂ ਦੀ। ਮਾਇਆ ਕਿਹਦੀ ਹੈ? ਉਹ ਰੱਬ ਦੀ, ਉਸ ਪ੍ਰਭੂ ਦੀ, ਉਹਦੀ ਲੀਲਾ ਜਿਹੜੀ ਰਚੀ ਹੋਈ ਹੈ ਉਹਨੂੰ ਮਾਇਆ ਕਹਿੰਦੇ ਨੇ। ਠੀਕ ਹੈ, ਆਪਾਂ ਮਾਇਆ ਨੂੰ ਨੋਟਾਂ ਵੱਲ ਤੋਲਣ ਲੱਗ ਪਏ। ਜਿਹੜਾ ਧਨ ਹੈ, ਧਨ ਵੀ ਇਹੀ ਚੀਜ਼ ਹੈ। ਔਰ ਜੇ ਅਸੀਂ ਵੈਸੇ ਗੱਲ ਕਰੀਏ ਧਨ ਦੀ, ਤਾਂ ਧਨ ਜ਼ਰੂਰੀ ਨਹੀਂ ਕਿ ਤੁਹਾਨੂੰ ਤੁਸੀਂ ਹੈ ਨਾ ਵੀ ਭਰ ਕੇ ਹੀ ਨਾਲ ਲੈ ਕੇ ਜਾਣੇ ਨੇ। ਆ ਪਿੱਛੇ ਜੇ ਵਟਸਐਪ ਫੇਸਬੁੱਕ ਦੇ ਉੱਤੇ ਤੁਸੀਂ ਵੇਖਿਆ ਹੋਊਗਾ, ਉਹ ਵੀਡੀਓ ਫੋਟੋ ਆਈਆਂ ਨੇ ਕਿ ਕੋਈ ਅਰਬ ਕੰਟਰੀ ਦਾ ਇੱਕ ਸ਼ੇਖ ਸੀ, ਉਹਦੇ ਕੋਲ ਸੋਨੇ ਦੇ ਜਹਾਜ਼ ਹੈ, ਇੱਟਾਂ ਸੋਨੇ ਦੀਆਂ, ਨੋਟ, ਠੀਕ ਹੈ, ਸੋਨੇ ਦੀ ਟੋਇਲਟ ਤੱਕ ਉਹਦੀ ਸੋਨੇ ਦੀ ਸੀ, ਅਤੇ ਉਹ ਚਲਿਆ ਗਿਆ ਉੱਪਰ। ਠੀਕ ਹੈ, ਤੁਹਾਡਾ ਧਨ ਕੀ ਹੈ? ਤੁਹਾਡਾ ਧਨ ਹੈ ਤੁਹਾਡੇ ਪਰਿਵਾਰ, ਤੁਹਾਡਾ ਸਮਾਜ, ਤੁਸੀਂ ਜਿਹਦੇ ਲਈ ਯੋਗਦਾਨ ਦੇ ਰਹੇ ਹੋ, ਤੁਹਾਡੇ ਬੱਚੇ ਕਿਸ ਤਰ੍ਹਾਂ ਦੇ ਨੇ, ਹੈ ਨਾ, ਉਹਨਾਂ ਨੂੰ ਕਿੰਨੀ ਅਕਲ ਸਿਖਾ ਰਹੇ ਹੋ, ਕਿੰਨੀ ਉਹਨਾਂ ਨੂੰ ਸਮਾਜ ਦੇ ਵਿੱਚ ਵਿਚਰਨ ਯੋਗ, ਸਮਾਜ ਦੀ ਸੇਵਾ ਕਰਨ ਦੇ ਯੋਗ ਬਣਾ ਰਹੇ ਹੋ। ਇਹ ਕਈ ਚੀਜ਼ਾਂ, ਇਹਨਾਂ ਨੂੰ ਅਸਲੀ ਧਨ ਇਹ ਹੁੰਦਾ। ਜਿਹੜੇ ਨੋਟ ਨੇ ਉਹ ਤਾਂ ਅੱਜ ਤੁਹਾਡੀ ਜੇਬ ਵਿੱਚ ਹੈਗੇ, ਕੱਲ੍ਹ ਮੇਰੀ ਜੇਬ ਵਿੱਚ ਹੈਗੇ, ਹੈ ਨਾ, ਕਦੇ ਆ ਗਏ ਕਦੇ ਚਲੇ ਗਏ। ਸੋ ਧਨ ਅਤੇ ਮਾਇਆ ਇਹਦੇ ਵਿੱਚ ਇਹੀ ਫਰਕ ਹੈ। ਠੀਕ ਹੈ ਜੀ, ਇੱਕ ਗੱਲ ਹੋਰ ਆਪਾਂ ਕਰਦੇ ਹਾਂ ਜੀ। ਕਹਿੰਦੇ ਜਿੰਨੇ ਵੀ ਰੱਬ ਦੇ ਮੈਸੇਂਜਰ ਰੱਬ ਨੇ ਇੱਥੇ ਭੇਜੇ ਨੇ ਜੀ ਜੀ, ਠੀਕ ਹੈ ਜੀ, ਉਹ ਸਾਰਿਆਂ ਕੋਲ ਜਿਵੇਂ ਪੈਸਾ ਹੁੰਦਾ, ਆਪਾਂ ਗੱਲ ਕਰਦੇ ਹਾਂ ਕਿਸੇ ਨੂੰ ਵੀ ਲੈ ਲਓ, ਕੋਈ ਵੀ ਰੱਬ ਦਾ ਮੈਸੇਂਜਰ ਹੈ ਆਪਾਂ ਆਪਣੇ ਇੱਥੇ, ਠੀਕ ਹੈ, ਆਪਾਂ ਮੰਨਦੇ ਹਾਂ ਕਿ ਆਸਥਾ, ਆਪਣਾ ਜਿਹੜਾ ਭਾਰਤ ਹੈ ਉਹ ਆਸਥਾ ਦਾ ਦੇਸ਼ ਮੰਨਿਆ ਜਾਂਦਾ ਹੈ, ਬਟ ਕੋਈ ਵੀ ਕਿਤੇ ਮੂਰਤੀ ਹੋਵੇ, ਕਿਤੇ ਵੀ ਕੋਈ ਆਪਾਂ ਨੂੰ ਧਾਰਮਿਕ ਪਰਸਨ ਦਿਖ ਜਾਏ, ਕਿਸੇ ਦੀ ਸੋਚ ਆਪਾਂ ਨੂੰ ਧਾਰਮਿਕ ਲੱਗਣ, ਆਪਣਾ ਮਤਲਬ ਮੱਥਾ ਜਿਹੜਾ ਆਟੋਮੈਟਿਕਲੀ ਝੁਕ ਜਾਂਦਾ ਉੱਥੇ। ਬਟ ਇੱਕ ਗੱਲ ਮੇਰੀ ਸਮਝ ਨਹੀਂ ਆ ਰਹੀ ਕਿ ਜਿੰਨੇ ਵੀ ਮੈਸੇਂਜਰ ਨੇ, ਸਭ ਤੋਂ ਪਹਿਲਾਂ ਤਾਂ ਉਹ ਲੋਕਾਂ ਨੂੰ ਲੀਹ ਤੇ ਤੋਰਨਗੇ ਕਿ ਰੱਬ ਨੂੰ, ਰੱਬ ਦਾ ਸਿਮਰਨ ਕਰੋ, ਰੱਬ ਨੂੰ ਮੰਨੋ, ਐਵੇਂ ਰਹੋ ਐਵੇਂ ਰਹੋ। ਉਹਨਾਂ ਸਾਰਿਆਂ ਦਾ ਇਹ ਅਧਿਆਤਮਕਤਾ ਤੋਂ ਪਰੇ ਹੋ ਕੇ ਫਿਰ ਬਿਜ਼ਨਸ ਵੱਲ ਕਿਉਂ ਆ ਜਾਂਦਾ ਹੈ ਸਿਸਟਮ? ਦੇਖੋ, ਗੱਲ ਇਹ ਹੈ ਕਿ ਇੱਕ ਸਿਸਟਮ ਹੈ, ਮੈਂ ਜਿਵੇਂ ਪਹਿਲਾਂ ਦੱਸ ਕੇ ਹਟਿਆ ਤੁਹਾਨੂੰ ਕਿ ਵੱਡੀਆਂ ਇੰਡਸਟਰੀਆਂ ਜੁੜੀਆਂ ਹੋਈਆਂ ਨੇ ਇਹਦੇ ਵਿੱਚ। ਪਿਆਰੇ ਦੋਸਤੋ, ਹੋ ਸਕਦਾ ਕਈਆਂ ਨੂੰ ਇਸ ਗੱਲ ਦੇ ਨਾਲ ਤਕਲੀਫ ਵੀ ਹੋਵੇ, ਜੇ ਹੋਵੇ ਤੁਸੀਂ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਡੇ ਤੋਂ ਸਵਾਲ ਵੀ ਪੁੱਛ ਸਕਦੇ ਹੋ, ਅਸੀਂ ਜਵਾਬ ਵੀ ਦੇਵਾਂਗੇ। ਜਿਵੇਂ ਪਹਿਲਾਂ ਦੱਸਿਆ ਕਿ ਇੱਕ ਇੰਡਸਟਰੀ ਹੈ ਕਿ ਕੁਛ ਬੰਦਿਆਂ ਨੇ ਇਕੱਠੇ ਹੋ ਕੇ ਇੱਕ ਬੰਦੇ ਨੂੰ ਦੇਖ ਲਿਆ ਕਿ ਚੰਗੇ ਬੋਲਦਾ, ਚੰਗਾ ਇਹਨੂੰ, ਇਹਦੇ ਅੱਲੇ ਪੱਲੇ ਕੁਛ ਹੈਗਾ, ਉਸ ਨੂੰ ਫਿਰ ਉਹ ਟੀ ਵੀ ਚੈਨਲਾਂ ਦੇ ਰਾਹੀਂ ਉਹਦਾ ਇੱਕ ਪ੍ਰਭਾ ਮੰਡਲ ਇਹੋ ਜਿਹਾ ਬਣਾ ਦਿੰਦੇ ਨੇ। ਮਹੀਨਾ, ਦੋ ਮਹੀਨੇ, ਛੇ ਮਹੀਨੇ ਤਾਂ ਚੱਲਣਗੇ ਉਹਦੇ ਪ੍ਰਵਚਨ, ਜਿਹੜੇ ਸਟੂਡੀਓ ਦੇ ਵਿੱਚ ਬੈਠ ਕੇ ਮਿਕਸਿੰਗ ਕਰਕੇ ਸ਼ਰਧਾਲੂਆਂ ਦੀ ਵੀਡੀਓਗ੍ਰਾਫੀ ਵਗੈਰਾ ਕਰਕੇ, ਠੀਕ ਹੈ, ਉਹਦੇ ਨਾਲ ਕੀਤੀ ਜਾਂਦੀ ਹੈ ਬਾਕਾਇਦਾ ਤੌਰ 'ਤੇ। ਫਿਰ ਉਸ ਤੋਂ ਬਾਅਦ ਉਹਦਾ ਇੱਕ ਸਤਸੰਗ ਰੱਖਿਆ ਜਾਂਦਾ, ਵੱਡੇ ਵੱਡੇ ਪੋਸਟਰ ਲਾ ਦਿੱਤੇ ਜਾਂਦੇ ਨੇ ਕਿ ਜੀ ਸੀ ਟੀ ਆਈ ਗਰਾਊਂਡ ਦੇ ਵਿੱਚ ਫਲਾਣੇ ਸੰਤ ਜੀ ਹੋਣਗੇ, ਉਹ ਪੋਸਟਰ ਲਾ ਦਿੱਤਾ ਜਾਂਦਾ। ਕਈ ਥਾਵਾਂ ਦੇ ਉੱਤੇ ਤਾਂ ਪ੍ਰਚਾਰ ਹੁੰਦਾ, ਅਤੇ ਤੁਹਾਨੂੰ ਪਤਾ ਹੀ ਹੈ ਕਿ ਐਤਵਾਰ ਨੂੰ ਜਿੰਨੇ ਧਾਰਮਿਕ ਕਿਸਮ ਦੇ ਬੰਦੇ ਹੁੰਦੇ ਨੇ ਅਤੇ ਬਾਕੀ ਕਈ ਦੇਖਣ ਵਾਲੇ, ਉਹ ਸਾਰੇ ਆ ਵੀ ਜਾਣਗੇ। ਸਪੋਜ਼ ਕਰੋ 1,000, 2,000, 3,000, 4,000 ਬੰਦਾ ਉੱਥੇ ਆ ਗਿਆ, ਅਤੇ ਸੰਤ ਜੀ ਨੇ ਪ੍ਰਵਚਨ ਕਰਤਾ ਹੈ ਨਜ਼ਾਰੇਦਾਰ, ਢੋਲ ਢਮੱਕੇ ਦੇ ਨਾਲ, ਕੀਰਤਨ ਦੇ ਨਾਲ, ਸਤਸੰਗ ਦੇ ਨਾਲ, ਪੂਰੀ ਤਰ੍ਹਾਂ ਲੋਕਾਂ ਦਾ ਮਨੋਰੰਜਨ ਵੀ ਹੋ ਗਿਆ, ਰੱਬ ਬਾਰੇ ਪਤਾ ਵੀ ਲੱਗ ਗਿਆ। ਤਾਂ ਫਿਰ ਉਹ ਸੰਤ ਜੀ ਦੀ ਮਹਿਮਾ ਜਿਹੜੀ ਹੈ ਅੱਗੇ ਦੀ ਅੱਗੇ ਵੱਧਦੀ ਜਾਂਦੀ ਹੈ। ਉਸ ਤੋਂ ਬਾਅਦ ਫਿਰ ਉਹਦੇ ਸ਼ਰਧਾਲੂ ਵੀ ਵਧਣਗੇ। ਆਖਿਰ ਇੱਕ ਅਜਿਹਾ ਸਿਸਟਮ ਆ ਜਾਂਦਾ, ਬੜੇ ਅਸੀਂ ਸਾਧ ਸੰਤ ਇਹੋ ਜਿਹੇ ਵੇਖੇ ਨੇ ਦੋਸਤੋ, ਜਿਹੜੇ ਜਦੋਂ ਸਤਸੰਗ ਕਰਨ ਆਉਂਦੇ ਨੇ ਤਾਂ ਨਾਲ ਦੀ ਨਾਲ ਦੁਕਾਨਾਂ ਵੀ ਲੈ ਕੇ ਆਉਂਦੇ ਨੇ ਨਾਲ, ਬਿਲਕੁਲ ਠੀਕ ਹੈ, ਜਿਨ੍ਹਾਂ ਦੇ ਵਿੱਚ ਰਤਨ, ਮੂੰਗੇ, ਮੋਤੀ, ਠੀਕ ਹੈ, ਤਰ੍ਹਾਂ ਤਰ੍ਹਾਂ ਦੇ ਪਾਊਡਰ ਸ਼ਾਊਡਰ, ਦਵਾਈਆਂ, ਉਹਨਾਂ ਦੇ ਸਟਾਲ ਲੱਗਦੇ ਨੇ ਨੀਤਿਕਾ ਜੀ, ਤੇ ਉਹ ਸਟਾਲ ਦੇ ਉੱਤੋਂ ਫਿਰ ਉਹ ਪੈਸੇ ਜਿਹੜੇ ਨੇ ਉਹ ਫਿਰ ਨੋਟ ਬਣਦੇ ਨੇ। ਬਿਲਕੁਲ, ਤੇ ਇੰਨੀਆਂ ਚੀਜ਼ਾਂ ਆਮ ਲੋਕਾਂ ਦੀਆਂ, ਆਮ ਰਿਟੇਲਰਸ ਦੀਆਂ ਜਾਂ ਆਮ ਸ਼ੌਪਕੀਪਰਸ ਦੀਆਂ ਨਹੀਂ ਵਿਕਦੀਆਂ ਜਿੰਨੀਆਂ ਕਿ ਇਹ ਨਾ ਬਾਬਿਆਂ ਦੀਆਂ ਵਿਕਦੀਆਂ। ਹਾਂ, ਬਾਬਿਆਂ ਦੀਆਂ ਵਿਕਦੀਆਂ ਨੇ। ਤੁਸੀਂ ਇਹ ਚੀਜ਼ ਸੋਚੀ, ਆਪਾਂ ਮਤਲਬ ਕਿ ਇਹ ਕਹਿ ਸਕਦੇ ਹਾਂ ਕਿ ਇਹ ਤਾਂ ਕਰਕੇ ਇਹ ਸਭ ਕਰਦੇ ਨੇ ਕਿ ਸਾਡੀ ਚੀਜ਼ ਦੀ ਵਿਕਰੀ ਹੋਵੇ ਜਾਂ ਸਾਨੂੰ ਕਮਾਈ ਵੱਧ ਹੋਵੇ। ਫੋਰ ਐਗਜ਼ਾਮਪਲ ਕਿ ਆਪਾਂ ਕੋਈ ਚੀਜ਼ ਮਾਰਕੀਟ ਦੇ ਵਿੱਚ ਨਵੀਂ ਆਉਂਦੀ ਆ, ਦੇਖੋ ਲੋਕੀ ਵੱਡੇ ਵੱਡੇ ਸਟਾਰਸ ਦੇ ਨਾਲ ਉਸ ਚੀਜ਼ ਦੀ ਐਡ ਕਰਵਾਉਂਦੇ ਨੇ ਵੀ ਤਾਂ ਕਿ ਲੋਕ ਅਟਰੈਕਟ ਹੋ ਕੇ ਇਹਨੂੰ ਲੈਣ, ਪਰ ਬਾਬਿਆਂ ਤੋਂ ਕਿਵੇਂ ਕੋਈ ਅਟਰੈਕਟ ਹੋ ਸਕਦਾ? ਉਹ ਸਿੰਪਲ ਕੱਪੜੇ ਪਾਉਂਦੇ ਨੇ। ਦੇਖੋ ਜੀ, ਗੱਲ ਇਹ ਹੈ ਕਿ ਸਿੰਪਲ ਕੋਈ ਭਗਵੇ ਕੱਪੜੇ ਪਾਉਂਦਾ, ਕੋਈ ਚਿੱਟੇ ਕੱਪੜੇ ਪਾਉਂਦਾ, ਉਹਨਾਂ ਤੋਂ ਲੋਕ ਕਿਵੇਂ ਅਟਰੈਕਟ ਹੁੰਦੇ? ਮੈਨੂੰ ਇਹ ਨਹੀਂ ਸਮਝ ਆਉਂਦੀ। ਲੋਕਾਂ ਨੇ ਉਹਨਾਂ ਦੇ ਕੱਪੜਿਆਂ ਤੋਂ ਅਟਰੈਕਟ ਨਹੀਂ ਹੁੰਦੇ,
ਲੋਕ ਉਹਨਾਂ ਦੀ ਜਿਹੜੀ ਕੱਪੜੇ ਪਾ ਕੇ ਤਾਂ ਉਹ ਤੁਹਾਨੂੰ ਦੱਸਤਾ ਕਿ ਡਿਜ਼ਾਇਨ ਹੈ ਬਣਿਆ ਹੋਇਆ ਕਿ ਵੱਖਰਾ ਦਿਸਾਂ, ਉਹਦੀ ਆਪਦੀ ਟੋਲੀ ਆਪਦੀ ਮੰਡਲੀ ਕੋਈ ਵੀ ਜਿਹੜੇ ਹੋਣਗੇ ਅਤੇ ਉਹ ਆਪਣੇ ਉਸ ਹਿਸਾਬ ਉਹਨਾਂ ਨੂੰ ਜ਼ਰੂਰੀ ਹੁੰਦਾ ਕਿ ਇੱਕ ਵੱਖਰਾ ਬਣ ਜਾ ਹੋਵੇ। ਅਤੇ ਬਾਕੀ ਟੀ ਵੀ ਦਾ ਜ਼ਮਾਨਾ ਅਤੇ ਉੱਥੇ ਹੈ ਨਾ ਥੋੜ੍ਹਾ ਜਿਹਾ ਹੈ ਨਾ ਪ੍ਰੈਜੈਂਟੇਸ਼ਨ ਵੀ ਵਧੀਆ ਹੋਣੀ ਚਾਹੀਦੀ ਹੈ। ਜਿਹੜੇ ਲੋਕ ਉੱਥੇ ਆ ਗਏ, ਸਪੋਜ਼ ਕਰੋ ਇੱਕ ਪੰਡਾਲ ਦੇ ਵਿੱਚ 50,000 ਬੰਦਾ ਇਕੱਠਾ ਹੋ ਗਿਆ, ਤਾਂ ਉਹ 50,000 ਬੰਦਿਆਂ ਦੇ ਵਿੱਚੋਂ ਘੱਟੋ ਘੱਟ 50% ਬੰਦੇ ਅੰਧ ਸ਼ਰਧਾਲੂ ਹੋਣਗੇ। ਉਹ 25,000 ਬੰਦੇ ਉੱਥੇ ਦੁਕਾਨਾਂ ਤੋਂ ਕੁਛ ਨਾ ਕੁਛ ਖਰੀਦਣਗੇ ਵੀ ਖਰੀਦਣਗੇ। ਜੇ ਉਹ 25,000 ਬੰਦਿਆਂ ਨੇ ਮੰਨ ਕੇ ਚੱਲੀਏ ਕਿ 200-400 ਦਾ ਸਮਾਨ ਵੀ ਖਰੀਦ ਲਿਆ ਇੱਕ ਉਹਦੇ ਵਿੱਚੋਂ, ਅਤੇ ਜਿਹੜਾ ਪ੍ਰੋਗਰਾਮ ਹੋਣਾ, ਪ੍ਰੋਗਰਾਮ ਤਾਂ ਔਰਗਨਾਈਜ਼ਰ ਨੇ ਪੈਸਾ ਦੇਣਾ, ਠੀਕ ਹੈ, ਔਰਗੇਨਾਈਜ਼ਰ ਨੇ ਜਿਹੜਾ ਪੈਸਾ ਦੇਣਾ ਉਹ ਔਰਗੇਨਾਈਜ਼ਰ ਨੇ ਉਹਨਾਂ ਦੇ ਵਿੱਚੋਂ ਹੀ, ਉਹਨਾਂ ਦੀਆਂ ਵੀ ਵਿੱਚ ਹਿੱਸਾਪੱਤੀ ਹੁੰਦੀ ਹੈ। ਸੋ ਇਸ ਕਰਕੇ ਉਹ ਜਿੰਨਾ ਸਮਾਨ ਵਿਕਦਾ ਉਹ ਫਿਰ ਉਹਨਾਂ ਦਾ ਅੱਗੇ ਆਮਦਨੀ ਦਾ ਜ਼ਰੀਆ ਬਣ ਜਾਂਦਾ ਹੈ। ਸੋ ਅੱਗੇ ਦੀ ਅੱਗੇ ਇਹ ਬਿਜ਼ਨਸ ਦੇ ਰੂਪ ਵਿੱਚ ਤੁਹਾਡੀ ਜਿਹੜੀ ਗੱਲ ਦਾ ਮੈਂ ਜਵਾਬ ਦੇ ਰਿਹਾ ਕਨਵਰਟ ਹੋ ਜਾਂਦਾ ਹੈ। ਤੋ ਕਿਤੇ ਨਾ ਕਿਤੇ ਹੁਣ ਅੱਜ ਕੱਲ੍ਹ ਕਲਯੁੱਗ ਦਾ ਪਹਿਰਾ ਹੈ ਅਤੇ ਪੈਗੰਬਰ ਸਹੀ ਲੱਭਣਾ ਬੜੀ ਮੁਸ਼ਕਲ ਹੈ। ਸਭ ਤੋਂ ਵੱਡੇ ਜਿਹੜੇ ਪੈਗੰਬਰ ਨੇ ਨਾ, ਜੇ ਅਸੀਂ ਮੰਨ ਕੇ ਚੱਲੀਏ, ਤੁਹਾਡੇ ਮਾਂ ਬਾਪ ਨੇ, ਜੇ ਉਹਨਾਂ ਦੀਆਂ ਸਿੱਖਿਆਵਾਂ 'ਤੇ ਅਮਲ ਕਰ ਲਈਏ, ਅਤੇ ਜਿਹੜੇ ਸਾਡੇ ਮੁੱਢਾਂ ਕਦੀਮਾਂ ਤੋਂ ਪੁਰਾਣੇ ਜਿਹੜੇ ਸਾਡੇ ਪੈਗੰਬਰ ਸੀਗੇ, ਸਾਡੇ ਗੁਰੂ ਪੀਰ ਸੀ, ਜੇ ਉਹਨਾਂ ਦੀਆਂ ਬਾਣੀਆਂ ਹੀ ਪੜ੍ਹਨ ਲੱਗ ਜਾਈਏ ਅਸੀਂ ਘਰ ਬੈਠ ਕੇ, ਤਾਂ ਸਾਨੂੰ ਬਾਹਰ ਜਾਣ ਦੀ ਕੋਈ ਜ਼ਰੂਰਤ ਨਹੀਂ। ਠੀਕ ਹੈ ਨਾ, ਘਰ ਤਾਂ ਆਪਾਂ ਆਪਣੇ ਮਾਂ ਪਿਓ ਨੂੰ ਬਹੁਤ ਦੁਤਕਾਰਦੇ ਆ, ਬੜਾ ਕੁਝ ਗਾਲਾਂ ਕੱਢਦੇ ਆ, ਪਰ ਬਾਹਰ ਜਾ ਕੇ ਉਹਨਾਂ ਪੈਗੰਬਰਾਂ ਦੇ ਆਪਾਂ ਪੈਰ ਛੂਨੇ ਆ, ਪੈਰ ਛੂਨੇ, ਕਿਸੇ ਨੂੰ ਪਿਤਾ ਜੀ, ਕਿਸੇ ਨੂੰ ਮਾਤਾ ਜੀ, ਹਾਂ, ਪੈਰ ਪਿਤਾ ਜੀ ਮਾਤਾ ਜੀ ਕਹਿੰਦੇ, ਕਈ ਥਾਵਾਂ ਦੇ ਉੱਤੇ ਤਾਂ ਪੈਗੰਬਰਾਂ ਦੇ ਪੈਰ ਜਿਹੜੇ ਨੇ ਧੋ ਧੋ ਕੇ ਤਾਂ ਚਰਨਾਮ ਤੇ ਪੀਂਦੇ ਨੇ। ਬਿਲਕੁਲ, ਬੜੀ ਹੈਰਾਨੀ ਦੀ ਗੱਲ ਹੈ, ਕਮਾਲ ਦੀ ਗੱਲ ਜੀ। ਬਿਲਕੁਲ ਠੀਕ ਹੈ। ਤੇ ਤੁਹਾਨੂੰ ਨਹੀਂ ਲੱਗਦਾ ਵੀ ਜਿਸ ਹਿਸਾਬ ਨਾਲ ਇਹਨਾਂ ਨੂੰ ਕਮਾਈ ਹੁੰਦੀ ਆ, ਇਹਨਾਂ ਨੂੰ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਆ? ਬਿਲਕੁਲ, ਕਿਤੇ ਨਾ ਕਿਤੇ ਆਪਾਂ ਇਹ ਮੈਸੇਜ ਵੀ ਲੋਕਾਂ ਨੂੰ ਦੇਣਾ ਚਾਹੁੰਦੇ ਆ ਕਿ ਅਗਰ, ਬਿਲਕੁਲ ਦੇਖੋ, ਗੱਲ ਇਹ ਤੁਹਾਡੀ ਗੱਲ ਬਹੁਤ ਵਧੀਆ ਗੱਲ ਹੈ। ਉਹੀ ਗੱਲ ਮਕੜ ਜਾਲ ਦੇ ਵਿੱਚ ਆਪੇ ਹੀ ਇਹ ਜਕੜੇ ਹੋਏ ਨੇ। ਹੁਣ ਤੁਸੀਂ ਦੇਖੋ ਕਿ ਕਈ ਅਜਿਹੇ ਵੀ ਪੈਗੰਬਰ ਨੇ ਜਿਹੜੇ ਕਿ ਗੁਰੂ ਦਾ ਨਾਮ ਵੀ ਜਪਾਉਂਦੇ ਨੇ, ਅਤੇ ਉਹਨਾਂ ਦੇ ਕਈ ਹਜ਼ਾਰ ਉਹਨਾਂ ਦੇ ਇਕੱਠ ਵੀ ਹੁੰਦਾ, ਅਤੇ ਉਹ ਉਹਨਾਂ ਦੇ ਜਦੋਂ ਤੁਸੀਂ ਮਤਲਬ ਜਾਈਏ, ਜਿਵੇਂ ਹੁਣ ਨਾਮ ਤਾਂ ਕੀ ਲੈਣਾ ਇਸ ਚਰਚਾ ਦੇ ਵਿੱਚ ਅਸੀਂ, ਅਤੇ ਇੱਕ ਅਜਿਹੇ ਵੀ ਪੈਗੰਬਰ ਨੇ ਜਿਨ੍ਹਾਂ ਦੇ ਜਿਹੜਾ ਉਹਨਾਂ ਦਾ ਸਥਾਨ ਹੈ ਬਣਿਆ ਹੋਇਆ, ਅਸੀਂ ਕਿਸੇ ਧਰਮ ਸਥਾਨ ਦਾ ਵੀ ਨਾਂ ਨਹੀਂ ਲਵਾਂਗੇ, ਉਹ ਧਰਮ ਸਥਾਨ ਦੇ ਉੱਤੇ 24 ਘੰਟੇ ਤੁਹਾਨੂੰ ਰੋਟੀ ਪਾਣੀ ਲੰਗਰ ਮਿਲੂਗਾ। ਤੁਸੀਂ ਮਾਨਸਾ ਤੋਂ ਜਾਂ ਬਠਿੰਡੇ ਤੋਂ ਪਟਿਆਲੇ ਵੱਲ ਆਓ ਤਾਂ ਤੁਹਾਨੂੰ ਉੱਥੇ 24 ਘੰਟੇ ਹੈ ਨਾ, ਬਹੁਤ ਸਾਰੀਆਂ ਥਾਵਾਂ ਨੇ ਜਿੱਥੇ ਆਪਾਂ ਨੂੰ ਫ੍ਰੀ ਦਾ, ਬੜੀ ਥਾਵਾਂ ਨੇ ਜਿੱਥੇ ਸਾਨੂੰ ਖਾਣ ਪੀਣ ਨੂੰ ਮਿਲਦਾ। ਇਹ ਜਿਹੜੀ ਚੀਜ਼ ਹੈ ਨਾ, ਕਿਸੇ ਨੂੰ ਰੋਟੀ ਖਵਾਉਣੀ, ਭੁੱਖੇ ਨੂੰ ਖਵਾਉਣੀ, ਲੋੜਵੰਦ ਨੂੰ ਕੱਪੜੇ ਦੇਣੇ, ਬਿਮਾਰੀ ਵਗੈਰਾ ਦੇ ਲਈ ਕਿਸੇ ਦੇ ਲਈ ਪੈਸੇ ਦੇ ਦੇਣੇ, ਅਸੀਂ ਨਹੀਂ ਕਹਿੰਦੇ ਕਿ ਲੋਕਾਂ ਨੂੰ ਤੁਸੀਂ ਮਕਾਨ ਪਾ ਕੇ ਦਿਓ, ਛੱਤ ਕੇ ਦਿਓ, ਅਸੀਂ ਕਹਿੰਦੇ ਕਿ ਲੋਕਾਂ ਦੀ ਜਿਹੜੀ ਲੋੜ ਹੈ ਨਾ, ਕਿਸੇ ਦੀ ਬਿਮਾਰ ਹੋ ਗਿਆ, ਕਿਸੇ ਦਾ ਇਲਾਜ ਹੈ, ਇਹ ਧਰਮ ਸਥਾਨ ਨੇ ਜਿਹੜੇ ਜਿਹੜੇ ਡੇਰੇ ਨੇ, ਇਹਨਾਂ ਨੂੰ ਪੈਸਾ ਉੱਧਰ ਲਾਉਣਾ ਚਾਹੀਦਾ ਤਾਂ ਜੋ ਅੱਗੇ ਲਈ ਇਹ ਸੰਤਾਂ ਸਾਧਾਂ ਦਾ ਵੀ ਅਗਲਾ ਜਿਹੜਾ ਹੈ ਨਾ ਆਉਣ ਵਾਲਾ ਜੀਵਨ ਸੁਧਰੇ ਜੀ। ਤੇ ਇੱਕ ਚੀਜ਼ ਆਪਾਂ ਹੋਰ ਦੇਖਦੇ ਹਾਂ ਕਿ ਇਹਨਾਂ ਦੀਆਂ ਜਿਹੜੀਆਂ ਬਹਿਣ ਵਾਲੀਆਂ ਕੁਰਸੀਆਂ ਹੁੰਦੀਆਂ ਨੇ, ਜਿਹੜਾ ਇਹਨਾਂ ਦਾ ਅਸਥਾਨ ਹੁੰਦਾ, ਉਹ ਬਹੁਤ ਲੱਖਾਂ ਦੇ ਹਿਸਾਬ ਨਾਲ ਹੁੰਦਾ ਵੀ ਕੁਰਸੀਆਂ, ਹਰ ਰੋਜ਼ ਲਗਜ਼ਰੀ ਕੁਰਸੀ ਬਦਲਦੀ ਹੈ ਇਹਨਾਂ ਦੀ, ਲਗਜ਼ਰੀ ਇਹਨਾਂ ਦਾ ਸਟੇਜ ਹੁੰਦਾ, ਕਿਤੇ ਕਿ ਫੰਗ ਲੱਗੇ ਹੁੰਦੇ ਨੇ, ਕਿਤੇ ਮੋਰ ਨੱਚਦੇ ਹੁੰਦੇ ਨੇ, ਮਤਲਬ ਇਹਦਾ ਕੀ ਕਾਰਨ ਹੈ? ਕੋਈ ਕਾਰਨ ਨਹੀਂ, ਬਸ ਲੋਕਾਂ ਨੂੰ ਇੱਕ ਜਾਦੂਗਰ ਨਹੀਂ ਜਿਵੇਂ ਹੁੰਦਾ ਇੱਕ ਤਮਾਸ਼ਾ ਦਿਖਾਉਣ ਵਾਸਤੇ ਖੇਡ, ਕਿ ਆਪਾਂ ਲੋਕਾਂ ਨੂੰ ਚੰਗੀ ਲੀਹ ਤੇ ਪਾਣਾ। ਫਿਰ ਮੈਨੂੰ ਇਹ ਲੱਗਦਾ ਹੈ ਕਿ ਲੋਕ ਚੰਗੀ ਲੀਹ ਤੇ ਤੁਰਤਾ ਪੈਣਗੇ, 100 ਦੇ ਵਿੱਚੋਂ 90-10% ਉਹ ਚੰਗੀ ਗੱਲ ਸੁਣਨਗੇ, ਪਰ 90% ਆਪਣਾ ਮਨ ਭੜਕਾਉਣਗੇ ਚੀਜ਼ਾਂ ਦੇਖ ਕੇ ਕਿ ਇਹ ਚੀਜ਼ ਸਾਡੇ ਕੋਲ ਵੀ ਹੋਵੇ। ਫਿਰ ਉਹੀ ਚੀਜ਼ਾਂ ਸੋਚ ਕੇ ਲੋਕ ਪੈਸੇ ਕਮਾਉਣ ਦੇ ਲਾਲਚ ਦੇ ਵਿੱਚ ਗਲਤ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ। ਨੀਤਿਕਾ ਜੀ, ਜਿਹੜੀ ਗੱਲ ਕਰ ਰਹੇ ਹੋ ਤੁਸੀਂ ਕਿ ਕੁਰਸੀਆਂ ਅਜੀਬ ਤਰ੍ਹਾਂ ਦੀਆਂ ਦੂਜੀਆਂ, ਸਾਡੇ ਲੋਕ ਵੀ ਚਾਹੁੰਦੇ ਨੇ, ਲੋਕ ਥੋੜ੍ਹਾ ਤਮਾਸ਼ਾ ਵੀ, ਕਿਤੇ ਨਾ ਕਿਤੇ ਦਰਸ਼ਕਾਂ ਦਾ ਵੀ ਹਿੱਸਾ ਹੈ, ਦਰਸ਼ਕ ਰੰਗ ਤਮਾਸ਼ਾ ਵੀ ਦੇਖਣਾ ਚਾਹੁੰਦੇ ਨੇ, ਠੀਕ ਹੈ ਨਾ, ਦਰਸ਼ਕ ਇਹਦਾ ਵਿਰੋਧ ਨਹੀਂ ਕਰਦੇ, ਠੀਕ ਹੈ ਨਾ। ਉਹੀ ਜਿਹੜਾ ਕੋਈ ਸਤਸੰਗ ਹੈ, ਅੱਗੇ ਕੀ ਸੀ, ਅੱਗੇ ਹੁਣ ਆਪਾਂ ਦੇਖਦੇ ਹਾਂ ਫੋਟੋਆਂ ਦੇ ਵਿੱਚ ਦੇਖਦੇ ਹਾਂ, ਆਪਾਂ ਵੇਖਿਆ ਤਾਂ ਹੈ ਨਹੀਂ, ਠੀਕ ਹੈ ਨਾ। ਹੁਣ ਬਾਬਾ ਨਾਨਕ ਦੇ ਨਾਲ ਦੋ ਹੁੰਦੇ ਸੀਗੇ, ਇੱਕ ਰਬਾਬ ਵਜਾਉਂਦਾ ਸੀ ਬਾਲਾ ਅਤੇ ਮਰਦਾਨਾ, ਠੀਕ ਹੈ, ਇੱਕ ਨੇ ਪੱਖਾ ਚੱਲਣਾ ਅਤੇ ਬਾਬੇ ਨਾਨਕ ਨੇ ਕਰਨਾ ਸਤਸੰਗ। ਅਤੇ ਬਾਬੇ ਨਾਨਕ ਦਾ ਸਤਸੰਗ ਬੜਾ ਕ੍ਰਾਂਤੀਕਾਰੀ ਸਤਸੰਗ ਸੀ, ਬਾਬਾ ਨਾਨਕ ਤਰਕਸ਼ੀਲ ਸੀ ਜੀ। ਬਿਲਕੁਲ, ਅਤੇ ਉਹਨਾਂ ਦੀ ਲੀਹ ਅਤੇ ਜਿੰਨੇ ਵੀ ਬੰਦੇ ਤੁਰੇ ਨੇ ਉਹਨਾਂ ਦੀ ਜ਼ਿੰਦਗੀ ਸਫਲ ਵੀ ਹੋਈ ਹੈ, ਸਫਲ ਹੋਈ ਹੈ, ਹੁਣ ਵੀ ਹੁੰਦੀ ਜੀ। ਬਿਲਕੁਲ, ਹੁਣ ਵੀ ਜਿਹੜੇ ਨਾਨਕ ਨਾਮ ਲੇਵਾ ਨੇ, ਨਾਨਕ ਬਾਬੇ ਨਾਨਕ ਦੇ ਉਹਦੇ ਉੱਤੇ ਅਸੂਲਾਂ ਦੇ ਉੱਤੇ ਚੱਲਦੇ ਨੇ, ਉਹਨਾਂ ਦੀ ਜ਼ਿੰਦਗੀ ਸਫਲ ਹੈ, ਸੀ ਅਤੇ ਰਹੂਗੀ ਵੀ ਜੀ ਜੀ, ਕਿਉਂਕਿ ਕੁਦਰਤ ਦੇ ਨਾਲ ਜੁੜਦੇ ਨੇ, ਨੇਚਰ ਦੇ ਨਾਲ ਜੁੜਦੇ ਨੇ। ਅਤੇ ਜੇ ਬਾਬੇ ਨਾਨਕ ਦੀ ਥਿਉਰੀ 'ਤੇ ਅਸੀਂ ਰੱਬ ਨੂੰ ਪਾਉਣ ਦਾ ਜਿਹੜਾ ਤਰੀਕਾ ਹੈ ਤਾਂ ਉਹ ਨੇਚਰ ਹੈ, ਕੁਦਰਤ ਹੈ, ਹੋਰ ਇਸ ਤੋਂ ਵੱਧ ਕੁਛ ਨਹੀਂ।
ਬਿਲਕੁਲ ਤੁਸੀਂ ਤੇ ਤੁਸੀਂ ਹੁਣ ਲੋਕਾਂ ਨੂੰ ਕੀ ਸਮਝਾਉਣਾ ਚਾਹੁੰਦੇ ਹੋ ਕਿ ਅਧਿਆਤਮਕਤਾ ਬਾਰੇ, ਕਿ ਲੋਕ ਕੀ ਕਿਵੇਂ ਰੱਬ ਨੂੰ ਆਪਾਂ ਪਾ ਸਕਦੇ ਹਾਂ? ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਨੂੰ ਕੱਪੜੇ ਵਧੀਆ ਹੋਣ ਆਪਾਂ ਤਾਂ ਪਾ ਸਕਦੇ ਹਾਂ, ਜਾਂ ਡੰਡੌਤ ਕਰੋ ਤਾਂ ਪਾਈਏ, ਜਾਂ ਭਗਵੇਂ ਕੱਪੜੇ ਹੋਣ ਤਾਂ, ਜਾਂ ਆਪਾਂ ਲੰਗਰ ਚਲਾਈਏ ਤਾਂ ਆਪਾਂ ਨੂੰ ਰੱਬ ਮਿਲ ਸਕਦਾ, ਭੁੱਖੇ ਰਹੀਏ ਤਾਂ ਰੱਬ ਮਿਲ ਸਕਦਾ, ਇਹਦੇ ਬਾਰੇ ਦੱਸੋ। ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਰੱਬ ਐਂ ਮਿਲ ਸਕਦਾ ਕਿ ਤੁਸੀਂ ਫੇਸਬੁੱਕ ਦੇ ਉੱਤੇ ਇੱਕ ਦੂਜੇ ਦੇ ਧਰਮ ਦੀਆਂ ਲੱਤਾਂ ਖਿੱਚਣੀਆਂ ਬੰਦ ਕਰੋ, ਇੱਕ ਦੂਜੇ ਨੂੰ ਗਾਲਾਂ ਕੱਢਣੀਆਂ ਬੰਦ ਕਰੋ। ਪਿਆਰੇ ਦਰਸ਼ਕੋ, ਬੜੀ ਕਲੀਅਰ ਗੱਲ ਹੈ ਕਿ ਰੱਬ ਦੇ ਨਾਂ ਸਹੁਰੇ ਨੇ ਅਤੇ ਨਾ ਰੱਬ ਦੇ ਪੇਕੇ ਨੇ। ਜੀ ਬਿਲਕੁਲ, ਰੱਬ ਦਾ ਕੋਈ ਸਥਾਨ ਨਹੀਂ, ਠੀਕ ਹੈ? ਨਾ ਰੱਬ ਤੋਂ ਤੁਸੀਂ ਵੇਖਿਆ, ਨਾ ਤੁਸੀਂ ਵੇਖ ਸਕੋਗੇ, ਤੁਹਾਡੇ ਅੰਦਰ ਹੀ ਰੱਬ ਹੈ, ਤੁਸੀਂ ਆਸੇ ਪਾਸੇ ਵੇਖੋਗੇ। ਨਿਤਿਕਾ ਜੀ, ਮੈਂ ਇੱਕ ਚੀਜ਼ ਲੁਕੋ ਕੇ ਰੱਖਤੀ, ਠੀਕ ਹੈ, ਤਾਂ ਤੁਸੀਂ ਉਹਨੂੰ ਲੱਭਣਾ ਹੈ। ਉਹ ਚੀਜ਼ ਮੈਨੂੰ ਹੀ ਪਤਾ, ਜਿੰਨੀ ਦੇਰ ਮੈਂ ਨਹੀਂ ਤੁਹਾਨੂੰ ਦੱਸਦਾ ਕਿ ਉੱਥੋਂ ਚੀਜ਼ ਚੁੱਕ ਰਹੇ ਹੋ, ਤੁਹਾਨੂੰ ਤਾਂ ਨਹੀਂ ਪਤਾ ਲੱਗੂਗੀ। ਅਤੇ ਰੱਬ ਨੇ ਇਹੀ ਕੰਮ ਕੀਤਾ ਹੋਇਆ, ਠੀਕ ਹੈ ਨਾ? ਉਹ ਇੱਕ ਇੱਕ ਕਹਾਣੀ ਵੀ ਦੱਸਦੇ ਨੇ, ਸਾਡੇ ਬਜ਼ੁਰਗ ਸੁਣਾਉਂਦੇ ਹੁੰਦੇ ਸੀ ਕਿ ਪਰਮਾਤਮਾ ਅੱਗੇ ਸਰਬ ਵਿਆਪਕ ਤਾਂ ਹੁਣ ਵੀ ਹੈ, ਅੱਗੇ ਸਰੀਰਕ ਰੂਪ ਦੇ ਵਿੱਚ ਕਹਾਣੀ ਹੈ, ਸਰੀਰਕ ਰੂਪ ਦੇ ਵਿੱਚ ਰੱਬ ਹੁੰਦਾ ਸੀ। ਜਿਹੜਾ ਬੰਦਾ ਆਉਂਦਾ ਉਹ ਰੱਬ ਦੇ ਕੋਲ ਹੀ ਆ ਜਾਂਦਾ। ਹੁਣ ਰੱਬ ਨੇ ਵੀ ਆਫਟਰ ਆਲ ਹੈ ਨਾ, ਉਹਨੇ ਦੇਖਣਾ ਹੈ ਵੀ ਹੈ ਨਾ, ਇੰਨੀ ਰੱਬ ਨੇ ਕੀ ਕੀਤਾ, ਰੱਬ ਕਹਿੰਦਾ ਮੈਂ ਇਹੋ ਜਿਹੇ ਥਾਂ 'ਤੇ ਲੁਕ ਜਾਂ ਕਿ ਜਿੱਥੇ ਮੈਨੂੰ ਕੋਈ ਲੱਭ ਹੀ ਨਾ ਸਕੇ। ਰੱਬ ਨੇ ਜੀ ਫਿਰ ਕੀ ਕੀਤਾ ਕਿ ਬੰਦੇ ਦੇ ਦਿਲ ਦੇ ਵਿੱਚ ਆ ਕੇ ਲੁਕ ਗਿਆ। ਉਹ ਤੋਂ ਲੱਭ ਲਓ ਜਿਹੜਾ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਲੋਕ ਜਿਹੜੇ ਨੇ, ਦੁਨੀਆ ਜਿਹੜੀ ਉਹ ਭੱਜੀ ਜਾ ਰਹੀ ਹੈ ਰੱਬ ਦੇ ਪਿੱਛੇ, ਉਹ ਜਿਵੇਂ ਹਿਰਨ ਵਾਲੀ ਗੱਲ ਹੋ ਗਈ, ਹਿਰਨ ਦੀ ਜਿਵੇਂ ਨਾਭੀ ਦੇ ਵਿੱਚ ਕਸਤੂਰੀ ਹੁੰਦੀ ਆ, ਉਹਦੀ ਧੁਨੀ 'ਚ ਕਸਤੂਰੀ ਹੁੰਦੀ ਹੈ, ਬਿਲਕੁਲ ਬਿਲਕੁਲ, ਹਿਰਨ ਭੱਜਦਾ ਰਹਿੰਦਾ ਵੀ ਕਿੱਥੇ ਆ ਰਹੀ ਹੈ, ਕਿੱਥੇ ਹੈ, ਬਟ ਉਹਨੂੰ ਇਹ ਨਹੀਂ ਪਤਾ ਵੀ ਉਹਦੇ ਦਿਲ ਦੇ ਵਿੱਚ ਹੀ ਹੈ। ਵਿਸ਼ਵਾਸ ਕਰਕੇ ਦੇਖ, ਅੰਦਰ ਨਹੀਂ ਦੇਖ ਕੇ ਦੇਖ ਜੀ, ਆਪਣਾ ਅੰਦਰ ਝਾਕ ਕੇ ਦੇਖ। ਨਿਤਿਕਾ ਜੀ, ਬੰਦਾ ਇੱਕ ਸੁਪਰ ਪਾਵਰ ਹੈ, ਟੈਲੀਪੈਥੀ ਦੀ ਜਿਹੜੀ ਤਾਕਤ ਹੈ ਬੰਦੇ ਕੋਲ ਹੈ। ਤੁਸੀਂ ਵੇਖਦੇ ਹੋਵੋਗੇ ਕਿ ਕਈ ਵਾਰ ਬਹੁਤ ਸਾਰੇ ਦੋਸਤੋ ਦਰਸ਼ਕਾਂ ਨਾਲ ਹੋਇਆ ਹੋਵੇਗਾ, ਹੁੰਦਾ ਵੀ ਹੋਵੇਗਾ ਅਤੇ ਹੁੰਦਾ ਰਹੇਗਾ ਵੀ, ਅਤੇ ਕਈ ਦੋਸਤ ਜਿਹੜੇ ਨੇ ਉਹਨਾਂ ਨੇ ਨੋਟ ਕੀਤਾ ਹੋਊਗਾ ਕਿ ਕਈ ਵਾਰੀ ਤੁਸੀਂ ਜਦੋਂ ਤੁਰੇ ਜਾਂਦੇ ਹੋ ਤਾਂ ਤੁਹਾਡੇ ਦਿਮਾਗ ਦੇ ਵਿੱਚ ਇੱਕ ਗਾਣਾ ਵੱਜ ਰਿਹਾ ਹੁੰਦਾ, ਉਹੀ ਗਾਣਾ ਰੇਡੀਓ 'ਤੇ ਜਾਂ ਕਿਤੇ ਹੋਰ ਚੱਲ ਰਿਹਾ ਹੁੰਦਾ ਜਦੋਂ ਤੁਸੀਂ ਪਹੁੰਚੋਗੇ। ਕਈ ਵਾਰ ਹੋ ਜਾਂਦਾ, ਉਹ ਟੈਲੀਪੈਥੀ ਹੁੰਦੀ ਹੈ ਕਿ ਤੁਹਾਨੂੰ ਇਲਮ ਹੋ ਜਾਂਦਾ ਕਿ ਇਹ ਗਾਣਾ ਚੱਲ ਰਿਹਾ ਕਿਤੇ ਨਾ ਕਿਤੇ। ਇਸੇ ਤਰ੍ਹਾਂ ਸਾਨੂੰ ਸਾਡੇ ਚਗਿਰਦੇ ਬਾਰੇ ਜੇ ਅਸੀਂ ਚੇਤੰਨ ਹੋ ਜਾਈਏ ਨਾ, ਇਕਾਗਰ ਹੋ ਜਾਈਏ, ਜੇ ਮਨ ਦੀ ਜਿਹੜੀ ਅਵਸਥਾ ਹੈ ਨਾ, ਪੁਰਾਣੇ ਜ਼ਮਾਨੇ ਦੇ ਵਿੱਚ ਕੀ ਹੁੰਦਾ ਸੀ ਕਿ ਇਕਾਗਰ ਹੋਣਾ ਜਿਹੜਾ, ਅੱਜ ਕੱਲ੍ਹ ਵੀ ਇਕਾਗਰ ਹੋਇਆ ਜਾ ਸਕਦਾ। ਇਕਾਗਰ ਹੋਣ ਦੇ ਲਈ ਕਈ ਮੈਥਡ ਵਰਤਦੇ ਨੇ, ਕੋਈ ਤਾਂ ਕੋਦੰਡ ਜਿਹੜਾ ਹੁੰਦਾ ਇਸ ਤਰ੍ਹਾਂ ਬਣਿਆ ਹੁੰਦਾ, ਇੱਕ ਇੱਕ ਥੱਲੇ ਨੂੰ ਹੁੰਦੀ ਹੈ ਲੱਕੜ, ਅਤੇ ਉਹਦੇ ਉੱਤੇ ਇਸ ਤਰ੍ਹਾਂ ਹੁੰਦੀ, ਉਹਦੇ ਉੱਤੇ ਇਸ ਤਰ੍ਹਾਂ ਮਤਲਬ ਟਕਾ ਕੇ ਫਿਰ ਦਸਵੇਂ ਦੁਆਰ ਆਪਣੀ ਸੁਰਤੀ ਕਈ ਲੈ ਜਾਂਦੇ ਹੁੰਦੇ ਸੀ, ਅਤੇ ਕਈ ਪੈਨਸਲ ਲੈ ਲੈਣਗੇ, ਉਹਦੇ ਨੋਕ ਦੇ ਉੱਤੇ ਇਕਾਗਰ ਹੋਣਗੇ ਹੋਣਗੇ। ਪਰ ਜ਼ਰੂਰੀ ਨਹੀਂ ਤੁਸੀਂ ਨਾਮ ਜਿਹੜਾ ਜਪਣਾ ਇਕਾਗਰ ਹੋ ਕੇ ਜਪਣਾ, ਤੁਸੀਂ ਜੇ ਉਸ ਪਰਮਾਤਮਾ ਨੂੰ, ਉਸ ਰੱਬ ਨੂੰ, ਉਸ ਕੁਦਰਤ ਨੂੰ, ਉਹਨੂੰ ਯਾਦ ਕਰਨਾ, ਜੇ ਤੁਸੀਂ ਯਾਦ ਕਰੋਗੇ ਨਾ, ਜਦੋਂ ਉਹ ਐਡਾ ਬਲਸ਼ਾਲੀ ਹੈ, ਜਦੋਂ ਉਹ ਸਾਰੀਆਂ ਚੀਜ਼ਾਂ ਨੂੰ ਚਲਾ ਰਿਹਾ, ਜਦੋਂ ਉਹਦੀ ਰਜ਼ਾ ਦੇ ਵਿੱਚ ਰਜ਼ਾ ਹੈ ਸਭ ਦੀ, ਜਦੋਂ ਉਹਦੀ ਮਰਜ਼ੀ ਨਾਲ ਪੱਤਾ ਵੀ ਨਹੀਂ ਹਿੱਲਦਾ, ਤਾਂ ਜਦੋਂ ਤੁਸੀਂ ਉਸ ਨੂੰ ਯਾਦ ਕਰੋਗੇ ਤਾਂ ਘੰਟੀਆਂ ਉੱਥੇ ਖੜਕਣਗੀਆਂ ਖੜਕਣਗੀਆਂ। ਤੁਸੀਂ ਰਾਹ ਜਾਂਦੇ ਹੋਏ ਜਿੱਥੇ ਮਰਜ਼ੀ ਸਿਮਰਨ ਕਰ ਸਕਦੇ ਹੋ, ਕੋਈ ਜ਼ਰੂਰੀ ਨਹੀਂ ਕਿ ਤੁਸੀਂ ਗੁਫਾ 'ਚ ਬੈਠ ਕੇ ਕਰਨਾ। ਬਿਲਕੁਲ, ਆ ਤੰਨੇ ਜੱਟ ਦੀ ਕਹਾਣੀ ਆਪਾਂ ਵੇਖ ਸਕਦੇ ਹਾਂ, ਇਹਦਾ ਐਗਜ਼ਾਮਪਲ ਬਹੁਤ ਵੱਡਾ ਐਗਜ਼ਾਮਪਲ ਹੈ ਕਿ ਉਹਨੇ ਪੱਥਰ ਦੇ ਵਿੱਚ ਰੱਬ ਪਾ ਲਿਆ, ਪੱਥਰ 'ਚ ਪਾ ਲਿਆ, ਠੀਕ ਹੈ ਨਾ, ਤਾਂ ਵਿਸ਼ਵਾਸ ਦੀ ਮੰਨਣ ਦੀ ਗੱਲ ਹੈ। ਪੱਥਰ ਕਿਸੇ ਨੇ, ਉਹ ਕਿਸੇ ਨੂੰ ਕਿਹਾ ਵੀ ਰੱਬ ਕੇ ਮਿਲੋ, ਪੰਡਿਤ ਨੇ ਉਹਨੂੰ ਗਲੋਂ ਲਾਉਣ ਵਾਸਤੇ ਕਹਿਤਾ ਵੀ ਆਹ ਪੱਥਰ ਲੈ ਜਾ, ਇਹਦੀ ਪੂਜਾ ਕਰ, ਉਹ ਬਹਿ ਗਿਆ ਜੀ, ਜੰਮ ਗਿਆ। ਉਸ ਤੋਂ ਬਾਅਦ ਅਖੀਰ ਵਿੱਚ ਭਗਵਾਨ ਕ੍ਰਿਸ਼ਨ ਨੂੰ ਧੰਨੇ ਦੀਆਂ ਗਾਵਾਂ ਵੀ ਚਾਰਨੀਆਂ ਪਈਆਂ, ਔਰ ਧੰਨੇ ਦੀ ਖੇਤੀਬਾੜੀ ਆ ਜਿਹੜੀ ਉਹ ਵੀ ਕਰਨੀ ਪਈ। ਸੋ ਗੱਲ ਵਿਸ਼ਵਾਸ ਦੀ ਹੁੰਦੀ ਹੈ। ਸੋ ਪਿਆਰੇ ਦਰਸ਼ਕੋ, ਸਾਡਾ ਇਹੀ ਤੁਹਾਨੂੰ ਕਹਿਣਾ ਕਿ ਆਪਸ ਦੇ ਵਿੱਚ ਭਾਈਚਾਰਾ ਵਧਾਉਣਾ, ਪਿਆਰ ਰੱਖਣਾ ਜੀ, ਬਿਲਕੁਲ। ਜੇ ਤੁਸੀਂ ਗੁਰਦੁਆਰੇ ਜਾਣਾ ਤਾਂ ਤੁਸੀਂ ਗੁਰਦੁਆਰੇ ਵੀ ਜਾਓ, ਫਿਰ ਨਾਲ ਦੀ ਨਾਲ ਮਸਜਿਦ ਜਾਣ ਵਿੱਚ ਵੀ ਤੁਹਾਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਜੇ ਤੁਸੀਂ ਮੰਦਰ ਜਾਂਦੇ ਹੋ ਤਾਂ ਤੁਹਾਨੂੰ ਗੁਰਦੁਆਰੇ ਜਾਣ 'ਚ ਇਤਰਾਜ਼ ਨਹੀਂ ਹੋਣਾ ਚਾਹੀਦਾ। ਜੇ ਤੁਸੀਂ ਗਿਰਜੇ ਜਾਂਦੇ ਹੋ ਤਾਂ ਤੁਹਾਨੂੰ ਮਸੀਤ ਮੰਦਰ ਜਾਣ 'ਚ ਕੋਈ ਪਰਹੇਜ਼ ਨਹੀਂ ਹੋਣਾ ਚਾਹੀਦਾ। ਜਦੋਂ ਰੱਬ ਸਾਰੇ ਥਾਵਾਂ ਦੇ ਉੱਤੇ, ਤਾਂ ਸਾਨੂੰ ਕੀ ਓਬਜੈਕਸ਼ਨ ਇਤਰਾਜ਼ ਹੈ ਕਿ ਉੱਥੇ ਜਾਓ ਜਾਂ ਨਾ ਜਾਓ? ਅਤੇ ਇੱਕ ਮੈਂ ਇਹ ਵੀ ਕਹਾਂਗਾ ਕਿ ਤੁਹਾਨੂੰ ਕਿ ਇੱਕ ਦੂਜੇ ਦੇ ਨਾਲ ਪਿਆਰ ਹੈ ਜਿਹੜਾ, ਗੁਰਬਾਣੀ ਵਿੱਚ ਵੀ ਲਿਖਿਆ ਕਿ ਜਿਨ ਪ੍ਰੇਮ ਕੀ ਉਹ ਤਿੰਨ ਪ੍ਰਭੂ ਪਾਇਓ। ਸੋ ਪ੍ਰੇਮ ਦੇ ਵਿੱਚ, ਪਿਆਰ ਦੇ ਵਿੱਚ ਪਿਆਰ ਬਾਂਟਦੇ ਚਲੋ, ਜੋਤ ਸੇ ਜੋਤ ਜਗਾਤੇ ਚਲੋ, ਪ੍ਰੇਮ ਕੀ ਗੰਗਾ ਬਹਾਤੇ ਚਲੋ, ਵਹਿ ਰੋਧ ਇਹਨਾਂ ਦਾ ਕੋਈ ਹੱਲ ਨਹੀਂ ਹੈ, ਔਰ ਨਾ ਹੀ ਇਹਨਾਂ ਦਾ ਕੋਈ ਅੰਤ ਹੈ। ਮਾਨਸਿਕ ਸ਼ਾਂਤੀ ਜਿੰਨੀ ਭੰਗ ਕਰਨੀ ਹੈ ਉਹ ਤੁਸੀਂ ਕਰ ਸਕਦੇ, ਹੋਰ ਕੁਛ ਨਹੀਂ। ਇੱਕ ਦੂਜੇ ਨਾਲ ਪਿਆਰ ਨਾਲ ਡੀਲ ਕਰਕੇ, ਲਵ ਚਾਰਜਰ ਬਣ ਕੇ ਚੱਲੋ, ਲਵ ਚਾਰਜਰ ਬਣ ਕੇ ਚੱਲੋ, ਜਿੱਥੇ ਵੀ ਜਾਣਾ ਲਵ ਚਾਰਜਰ ਬਣੋ ਕਿ ਪਿਆਰ ਨਾਲ ਚਾਰਜ ਕਰਦੇ ਰਹੋ ਹਰੇਕ ਨੂੰ। ਸੋ ਦੋਸਤੋ, ਇੱਧਰ ਮੰਦਿਰ, ਇੱਧਰ ਮਸਜਿਦ, ਇੱਧਰ ਗੁਰਦੁਆਰਾ, ਇੱਧਰ ਗਿਰਜਾ,
इधर मंदिर, इधर मस्जिद, इधर गुरुद्वारा, इधर गिरजा जी। और जहां दिल करता है वहां गिरजा, ठीक है। मन मन्ने दी गल्लां हुंदियां ने। सो दोस्तों देखते रहो गल पंजाब दी टीवी, जदों भी तुसीं वेखदे हो तां किरपा करके सबसक्राइब जरूर करो चैनल नूं, ते नाल दी नाल नितिका जी बैल आइकन दा बटन भी दब दिओ, साडे नवीं नोटिफिकेशन पाउण लई चैनल नूं सबसक्राइब करन दे नाल नाल उसदा बैल आइकन भी जरूर दबाओ, तां कि हर रोज़ दीआं नवीआं अपडेट साडे चैनल तों तुहानूं मिलदीआं रहण। सो दोस्तों वेखदे रहो गल पंजाब दी टीवी, गल साडी ते साडे सारे। You are the one who's got the love to love.